ਹੁਣ ਇਹ ਜਿਹੜਾ ਠੀਕ ਨਹੀਂ ਹੈਗਾ ਵਾਲੀ ਚੀਜ਼ ਕਹਿੰਦੇ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ, ਦੋ ਬੈਠਕਾਂ ਚੰਡੀਗੜ੍ਹ ਅਤੇ ਜਲੰਧਰ, ਕਿਸ ਤਰੀਕੇ ਨਾਲ ਐਨਾਲਿਸਿਸ ਕਰ ਰਹੇ ਹੋ? ਵੇਖੋ, ਪਹਿਲੀ ਗੱਲ ਤਾਂ ਇਹ ਕਹਿ ਦਿੰਦੇ ਹਾਂ ਵੀ ਜਦੋਂ ਸਾਡੀ ਇੱਕ ਪਰੰਪਰਾ ਸ਼ੁਰੂ ਤੋਂ ਰਹੀ ਉਹ ਪਰੰਪਰਾ ਤੋੜ ਦਿੱਤੀ ਗਈ ਜੀ। ਜਦੋਂ ਵੀ ਅਕਾਲੀ ਦਲ ਹਾਰਦਾ ਰਿਹਾ ਤੇ ਉਦੋਂ ਪ੍ਰਧਾਨ ਆਪਣਾ ਅਸਤੀਫਾ ਜਿਹੜਾ ਸੀ ਐਗਜ਼ੀਕਿਊਟਿਵ ਕਮੇਟੀ ਪੇਸ਼ ਹੁੰਦਾ, ਹੁਣ ਤੇ ਕੋਰ ਕਮੇਟੀ ਬਣ ਗਈ ਹੈ ਨਾ, ਉਦੋਂ ਕੋਰ ਕਮੇਟੀ ਨਹੀਂ ਸੀ। ਆਪਣੇ ਵੀ ਦੂਜਿਆਂ ਦੀ ਕਹਾੜੀ ਦਾ ਦਸਤਾ ਬਣਨ ਦੇ ਲਈ ਉਤਾਵਲੇ ਹੋਏ ਬੈਠੇ ਸੀਗੇ ਤੇ ਉਹਨਾਂ ਦੇ ਵਜੋਂ ਕੰਮ ਕਰ ਰਹੇ ਸੀ, ਕਹਿੰਦੇ ਉਹਨਾਂ ਹਾਲਾਤਾਂ 'ਚ ਸੁਖਬੀਰ ਸਿੰਘ ਬਾਦਲ ਨੇ ਵਧੀਆ ਕੰਮ ਕੀਤਾ ਤੇ ਇਸ ਕਰਕੇ ਪਾਰਟੀ ਦੀ ਜਿਹੜੀ ਪਹਿਲੀ ਬੈਠਕ ਹੋਈ ਹੈ 11:30 ਵਜੇ ਜਿਹੜੀ ਜ਼ਿਲ੍ਹਾ ਪ੍ਰਧਾਨਾਂ ਨਾਲ, ਉਹਨਾਂ ਨੇ ਵੀ ਇਹੀ ਮਤਾ ਪਾਇਆ ਤੇ ਹੁਣ ਜਿਹੜੀ ਬਾਅਦ 'ਚ ਸੀਨੀਅਰ ਆਗੂਆਂ ਦੇ ਨਾਲ ਹੋਈ ਹੈ ਉਹਨਾਂ ਨੇ ਵੀ ਇਹੀ ਮਤਾ ਪਾਇਆ ਕਿ ਸੁਖਬੀਰ ਸਿੰਘ ਬਾਦਲ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ। ਇਹ ਅਗਲੇ ਦੋ ਦਿਨ 'ਚ ਬਾਅਦ ਸਾਰੀ ਗੱਲਬਾਤ ਆ ਜਾਏਗੀ ਜੀ। ਪਹਿਲੀ ਕੋਰ ਕਮੇਟੀ ਦੇ ਵਿੱਚ ਬਾਅਦ ਦੇ ਵਿੱਚ ਦਲਜੀਤ ਸਿੰਘ ਚੀਮਾ ਇੱਕ ਪ੍ਰੈਸ ਨੋਟ ਜਾਰੀ ਕਰਦੇ ਆ ਵੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਸਾਰੀ ਕੋਰ ਕਮੇਟੀ ਨੇ ਜਿਹੜਾ ਸੀ ਉਹ ਭਰੋਸਾ ਪ੍ਰਗਟ ਕੀਤਾ। ਕਹਿੰਦੇ ਐਮਰਜੈਂਸੀ ਦਾ ਦਿਨ ਵੀ ਹੈ, ਕਹਿੰਦੇ ਸਾਡੇ 'ਤੇ ਸਾਰੇ ਕਾਨੂੰਨ ਉਹਨਾਂ ਨੇ ਠੋਕਤੇ ਸੀ ਉਸ ਵੇਲੇ, ਮੀਸਾ ਵਰਗੇ ਕਾਨੂੰਨ ਕਹਿੰਦੇ ਮੇਰੇ 'ਤੇ ਲਾਏ ਸੀਗੇ ਅਤੇ ਕਹਿੰਦੇ ਅੱਜ ਵੀ ਜਿਹੜੀ ਮੌਜੂਦਾ ਧਿਰ ਹੈਗੀ ਉਹ NSA ਲਗਾਤਾਰ ਵਧਾ ਰਹੀ ਅੰਮ੍ਰਿਤਪਾਲ ਵਰਗੇ ਨੌਜਵਾਨਾਂ 'ਤੇ ਅਤੇ ਹੋਰ ਬੰਦੀ ਸਿੰਘ ਜਿਹੜੇ ਨੇ, ਕਹਿੰਦੇ ਉਹਨਾਂ ਨੂੰ ਵੀ ਰਿਹਾਅ ਕਰਾਉਣਾ ਸਾਡਾ ਅਹਿਮ ਮੁੱਦਾ ਰਹੂਗਾ, ਇਸ ਮੀਟਿੰਗ ਦਾ ਉਹਨਾਂ ਨੇ ਹਿੱਸਾ ਬਣਾਇਆ ਇਸ ਚੀਜ਼ ਨੂੰ। ਨਹੀਂ ਉਦੋਂ ਕਾਰਨ ਕੀ ਬਣਿਆ ਸੀਗਾ, ਇੰਦਰਾ ਗਾਂਧੀ ਨੇ ਬਕਾਇਦਾ ਤੌਰ 'ਤੇ ਜਥੇਦਾਰ ਸੰਤੋਖ ਸਿੰਘ ਦਿੱਲੀ ਨੂੰ ਇਹ ਗੱਲ ਕਹੀ ਸੀਗੀ ਵੀ ਜਥੇਦਾਰ ਸੰਤੋਖ ਸਿੰਘ ਦਿੱਲੀ ਇੱਕ ਅਜਿਹਾ ਵਾਹਿਦ ਸ਼ਖਸ ਸਿੱਖਾਂ ਦੇ ਵਿੱਚ ਜੀ ਜਿਹੜਾ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਬਿਨਾਂ ਟਾਈਮ ਲਿਆ ਮਿਲ ਸਕਦਾ ਸੀ। ਕੀ ਮਨਸ਼ਾ ਕੀ ਲੱਗਦੀ ਹੈ? ਇੱਕ ਪਾਸੇ ਤਾਂ ਉਹ ਜ਼ਿਕਰ ਬੰਦੀ ਸਿੰਘਾਂ ਦਾ ਜ਼ਿਕਰ ਵੀ ਕਰ ਰਹੇ ਨੇ, ਉਹ ਮਸਲਿਆਂ ਦਾ ਜ਼ਿਕਰ ਵੀ ਕਰ ਰਹੇ ਨੇ, ਆ ਜਿਹੜੀ ਲਹਿਰ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਅਕਾਲੀ ਦਲ ਬਚਾਓ ਲਹਿਰ ਸ਼ੁਰੂ ਕਰਨੀ ਹੈ, ਅਤੇ ਫਿਰ ਇਹ ਕਿਹੜੀ ਅਕਾਲੀ ਦਲ ਦੀ ਰਿਵਾਈਵਲ ਦੀ ਗੱਲ ਹੋ ਰਹੀ ਹੈ ਜਾਂ ਪਿੱਛੇ ਕਹਾਣੀ ਕੋਈ ਵੱਡੀ ਹੈਗੀ, ਗੇਮ ਵੱਡੀ ਹੈਗੀ? 2007 ਦੇ ਵਿੱਚ ਬਕਾਇਦਾ ਤੌਰ 'ਤੇ ਪੰਜਾਬ 'ਚ ਸਰਕਾਰ ਬਣਦੀ ਅਕਾਲੀ ਪਾਰਟੀ ਜੀ। 2008 ਦੇ ਵਿੱਚ ਜਲੰਧਰ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਦੇ ਘਰ ਇੱਕ ਮੀਟਿੰਗ ਹੁੰਦੀ ਆ, ਸਰਦਾਰ ਪ੍ਰਕਾਸ਼ ਸਿੰਥ ਬਾਦਲ ਮੁੱਖ ਮੰਤਰੀ ਅਤੇ ਜਥੇਦਾਰ ਅਕਾਲ ਤਖ਼ਤ ਗਿਆਨੀ ਜੋਗਿੰਦਰ ਸਿੰਘ ਮਦਾਨਤੀ ਜੀ। ਜਿਹੜੇ ਸੀਨੀਅਰ ਆਗੂ ਨੇ ਥੋੜ੍ਹੇ ਥੋੜ੍ਹੇ ਕਾਣੇ ਕਰਕੇ ਰੱਖੇ ਨੇ, ਕਿਸੇ ਨੂੰ ਕੁਛ ਦਿੱਤਾ ਕਿਸੇ ਨੂੰ ਕੁਛ ਦਿੱਤਾ, ਇਸੇ ਕਰਕੇ ਇੰਨਾ ਸਮਾਂ ਬੋਲੇ ਨਹੀਂ ਪ੍ਰਕਾਸ਼ ਸਿੰਘ ਬਾਦਲ ਦੇ ਸਾਹਮਣੇ, ਕਿਉਂਕਿ ਸਾਰਿਆਂ ਦੇ ਵਿੱਚ ਕਿ ਉਹ ਜਿਵੇਂ ਤੁਸੀਂ ਜ਼ਿਕਰ ਕਰਕੇ ਹਟੇ ਹੋ ਇਸ ਹਮਾਮੇ ਹਮ ਸਭ ਨੰਗੇ ਹੈ, ਉਹ ਵਾਲੀ ਗੱਲ ਸੀ ਕਿ ਸਾਰਿਆਂ ਦੇ ਦਾਗ ਦੇ ਛਿੱਟੇ ਸਾਡੀ ਬਦਕਿਸੀ ਵੇਖੋ ਕੀ ਹੈ ਜੀ। ਅਸੀਂ ਕਹਿੰਦੇ ਸੀ ਵੀ ਜਿੰਨਾ ਚਿਰ ਅਕਾਲੀ ਦਲ ਜੋੜ ਹੈਗਾ BJP ਦਾ, ਉਹ ਸਰਵਾਈਵ ਕਰਕੇ ਮੁੜ ਕੇ ਸਰਵਾਈਵ ਨਹੀਂ ਕਰ ਸਕਦਾ। ਸਤਿ ਸ਼੍ਰੀ ਅਕਾਲ ਦੋਸਤੋ, ਨਿਊਜ਼ ਓਨਲੀ ਦੇਖ ਰਹੇ ਹੋ ਤੁਸੀਂ, ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ, ਪ੍ਰੋਗਰਾਮ ਸਵਾਲ ਜਵਾਬ ਲੈ ਕੇ ਹਾਜ਼ਰ ਹਾਂ। ਦੋਸਤੋ, ਅੱਜ ਅਕਾਲੀ ਦਲ ਦੀਆਂ ਦੋ ਬੈਠਕਾਂ ਹੋਈਆਂ, ਇਹ ਦੋ ਬੈਠਕਾਂ ਬੜੇ ਵੱਡੇ ਸਵਾਲ ਖੜ੍ਹੇ ਕਰ ਗਈਆਂ ਕਿ ਅਕਾਲੀ ਦਲ ਦੇ ਵਿੱਚ ਹੁਣ ਸਭ ਕੁਝ ਠੀਕ ਨਹੀਂ ਹੈਗਾ, ਹਾਲਾਂਕਿ ਚਰਚਾ ਤਾਂ ਅਸੀਂ ਪਹਿਲਾਂ ਵੀ ਕਰਦੇ ਰਹੇ ਹਾਂ ਕਿ ਅਕਾਲੀ ਦਲ ਦੇ ਵਿੱਚ ਸਭ ਕੁਝ ਠੀਕ ਨਹੀਂ ਹੈਗਾ, ਪਰ ਅੱਜ ਜਿਸ ਤਰੀਕੇ ਨਾਲ ਤਕਰੀਰਾਂ ਹੋਈਆਂ ਇਹਨਾਂ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ। ਇੱਕ ਪਾਸੇ ਤਾਂ ਚੰਡੀਗੜ੍ਹ ਦੇ ਵਿੱਚ ਪਹਿਲਾਂ ਜ਼ਿਲ੍ਹਾ ਪ੍ਰਧਾਨ ਸਾਰੇ ਸੱਦੇ ਹੋਏ ਸੀ, ਫਿਰ ਚੁਣੇ ਹੋਏ ਨੁਮਾਇੰਦੇ ਸੱਦੇ ਹੋਏ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ, ਅਤੇ ਦੂਜੇ ਪਾਸੇ ਜਲੰਧਰ ਦੇ ਵਿੱਚ ਚੰਦੂ ਮਾਜਰਾ ਸਾਹਿਬ ਵੀ ਆਪਣੇ ਸਾਥੀਆਂ ਦੇ ਨਾਲ ਇੱਕ ਬੈਠਕ ਕਰ ਰਹੇ ਸੀ, ਜਿਹਦੇ ਵਿੱਚ ਕਹਿੰਦੇ ਤਕਰੀਰਾਂ ਕੀਤੀਆਂ, ਚਰਚਾਵਾਂ ਕੀਤੀਆਂ ਕਿ ਆਖਿਰਕਾਰ ਪਾਰਟੀ ਦਾ ਇੰਨਾ ਨੁਕਸਾਨ ਕਿਉਂ ਹੋ ਰਿਹਾ, ਨਾਲ ਦੀ ਨਾਲ ਖਾਸ ਕਰਕੇ ਕਹਿੰਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨੁਮਾਇੰਦੇ ਵੀ ਚੁਣਾਂਗੇ ਅਸੀਂ, ਜਿਹੜੇ ਪੋਲੀਟੀਕਲ ਸਨੈਰੀਓ ਅਤੇ ਧਾਰਮਿਕ ਸਨੈਰੀਓ ਦੇ ਦੋਹਾਂ ਨੂੰ ਜਿਹੜਾ
ਉਹਨਾਂ ਦਾ ਬੈਲੈਂਸ ਬਣਾ ਕੇ ਚੱਲ ਸਕਣ, ਉਹਨਾਂ ਨੂੰ ਆਪਣਾ ਨੁਮਾਇੰਦਾ ਵੀ ਚੁਣਾਂਗੇ। ਅਸੀਂ ਇਹ ਵੀ ਕਰਾਂਗੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਦਰ 'ਤੇ ਜਾ ਕੇ ਖਿਮਾ ਜਾਚਨਾ ਵੀ ਕਰਾਂਗੇ ਹੁਣ ਤੱਕ ਜਿਹੜੀਆਂ ਗਲਤੀਆਂ ਹੋਈਆਂ ਲਿਖਤੀ ਰੂਪ ਦੇ ਵਿੱਚ, ਕਿ ਜਿਹਦਾ ਜ਼ਿਕਰ ਪਿਛਲੇ ਦਿਨਾਂ ਦੇ ਵਿੱਚ ਚਰਨਜੀਤ ਬਰਾੜ ਕਰ ਰਹੇ ਸੀ। ਚਰਨਜੀਤ ਬਰਾੜ ਵੀ ਉੱਥੇ ਨਜ਼ਰ ਆਏ, ਢੀਂਡਸਾ ਪਰਿਵਾਰ ਵੀ ਉੱਥੇ ਨਜ਼ਰ ਆਇਆ, ਪਰਮਿੰਦਰ ਢੀਂਡਸਾ ਉੱਥੇ ਸੀਗੇ, ਸਿਕੰਦਰ ਸਿੰਘ ਮਲੂਕਾ ਉੱਥੇ ਨਜ਼ਰ ਆਏ, ਕਿਉਂਕਿ ਸਿਕੰਦਰ ਸਿੰਘ ਮਲੂਕਾ ਦੀ ਜਿਹੜੀ ਨਹੁੰ ਹੈਗੀ ਆ ਉਹ ਭਾਜਪਾ ਦੇ ਵਿੱਚ ਗਈ ਨੇ। ਅਤੇ ਇੱਧਰਲੇ ਪਾਸਿਓਂ ਹੁਣ ਜਿਹੜੇ ਚੰਡੀਗੜ੍ਹ ਦੇ ਵਿੱਚ ਬੈਠਕ ਹੋਈ, ਉਹਨਾਂ ਨੇ ਸਾਫ਼ ਤੌਰ 'ਤੇ ਇੱਕ ਜ਼ਿਕਰ ਕੀਤਾ, ਕਹਿੰਦੇ ਕਿ ਜਿਹੜੇ ਲੋਕ ਦੂਜਿਆਂ ਦੀ ਕੁਹਾੜੀ ਦਾ ਦਸਤਾ ਬਣ ਰਹੇ ਨੇ ਨਾ, ਉਹਨਾਂ ਦੇ ਖਿਲਾਫ਼ ਵੀ ਕਾਰਵਾਈ ਹੋਊਗੀ। ਤਮਾਮ ਮਸਲੇ 'ਤੇ ਗੱਲਬਾਤ ਕਰਨੀ ਹੈ ਕਿ ਅਕਾਲੀ ਦਲ ਦੇ ਦਰਮਿਆਨ ਸਭ ਕੁਝ ਠੀਕ ਨਹੀਂ ਹੈਗਾ। ਸਾਡੇ ਨਾਲ ਸੀਨੀਅਰ ਪੱਤਰਕਾਰ ਜਸਵੀਰ ਸਿੰਘ ਪੱਟੀ ਹੋਰੀ ਜੁੜ ਚੁੱਕੇ ਨੇ। ਪੱਟੀ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਸ਼ੁਕਰੀਆ ਜੀ, ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਅਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ, ਸਮਝਣ ਦੀ ਕੋਸ਼ਿਸ਼ ਕਰੀਏ, ਚਰਚਾਵਾਂ ਤਾਂ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਅਕਾਲੀ ਦਲ ਦੇ ਦਰਮਿਆਨ ਸਭ ਕੁਝ ਠੀਕ ਨਹੀਂ ਹੈਗਾ, ਪਰ ਹੁਣ ਇਹ ਜਿਹੜਾ ਠੀਕ ਨਹੀਂ ਹੈਗਾ ਵਾਲੀ ਚੀਜ਼ ਕਹਿੰਦੇ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਦੋ ਬੈਠਕਾਂ ਚੰਡੀਗੜ੍ਹ ਅਤੇ ਜਲੰਧਰ, ਕਿਸ ਤਰੀਕੇ ਨਾਲ ਐਨਾਲਿਸਿਸ ਕਰ ਰਹੇ ਹੋ? ਵੇਖੋ, ਪਹਿਲੀ ਗੱਲ ਤਾਂ ਇਹ ਕਹਿ ਦਿੰਦੇ ਹਾਂ ਵੀ ਜਦੋਂ ਸਾਡੀ ਇੱਕ ਪਰੰਪਰਾ ਸ਼ੁਰੂ ਤੋਂ ਰਹੀ ਹੈ, ਉਹ ਪਰੰਪਰਾ ਤੋੜ ਦਿੱਤੀ ਗਈ ਹੈ ਜੀ। ਜਦੋਂ ਵੀ ਅਕਾਲੀ ਦਲ ਹਾਰਦਾ ਰਿਹਾ ਤੇ ਉਦੋਂ ਪ੍ਰਧਾਨ ਆਪਣਾ ਅਸਤੀਫਾ ਜਿਹੜਾ ਸੀ ਐਗਜ਼ੀਕਿਊਟਿਵ ਕਮੇਟੀ ਪੇਸ਼ ਹੁੰਦਾ, ਹੁਣ ਤੇ ਕੋਰ ਕਮੇਟੀ ਬਣ ਗਈ ਹੈ ਨਾ, ਉਦੋਂ ਕੋਰ ਕਮੇਟੀ ਨਹੀਂ ਸੀ ਹੁੰਦੀ ਜੀ। ਉਹਦੇ ਉੱਤੇ ਫਿਰ ਐਗਜ਼ੀਕਿਊਟਿਵ ਫੈਸਲਾ ਕਰਦੀ ਸੀ ਵੀ ਪ੍ਰਧਾਨ ਦਾ ਅਸਤੀਫਾ ਲੈਣਾ ਜਾਂ ਨਹੀਂ ਲੈਣਾ, ਉੱਤੇ ਚਰਚਾ ਹੁੰਦੀ ਸੀ। ਚਰਚਾ ਹੋਣ ਤੋਂ ਬਾਅਦ ਜੇ ਅਸਤੀਫਾ ਪ੍ਰਵਾਨ ਕਰਨਾ ਕਰ ਲਿਆ ਜਾਂਦਾ ਸੀ, ਨਵਾਂ ਪ੍ਰਧਾਨ ਆ ਜਾਂਦਾ ਸੀਗਾ, ਕਿਸੇ ਨੂੰ ਕੋਈ ਗਿਲਾ ਨਹੀਂ ਸੀ ਹੁੰਦਾ। ਬਿਲਕੁਲ, ਇਹ ਪਰੰਪਰਾ ਸ਼ੁਰੂ ਕਿੱਥੋਂ ਹੋਈ ਜੀ? 1980 ਦੇ ਵਿੱਚ ਜਦੋਂ ਬਕਾਇਦਾ ਤੌਰ ਤੇ ਅਕਾਲੀ ਦਲ ਹਾਰਦਾ ਵਾ ਤੇ ਪ੍ਰਧਾਨ ਕੌਣ ਸੀ? ਜਗਦੇਵ ਸਿੰਘ ਤਲਵੰਡੀ ਜੀ। ਤੇ ਜਗਦੇਵ ਸਿੰਘ ਤਲਵੰਡੀ ਨੂੰ ਕਿਹਾ ਗਿਆ ਤੂੰ ਅਸਤੀਫਾ ਦੇ, ਅਸਤੀਫਾ ਨਹੀਂ ਦਿੱਤਾ, ਤੇ ਉਹਦੀ ਸ਼ਿਕਾਇਤ ਅਕਾਲ ਤਖ਼ਤ ਤੇ ਪੁੱਜਦੀ ਹੈ ਤੇ ਸਾਧੂ ਸਿੰਘ ਭੌਰਾ ਜਿਹੜੇ ਹੁੰਦੇ ਨੇ ਉਹ ਜਥੇਦਾਰ ਅਕਾਲ ਤਖ਼ਤ ਹੁੰਦੇ ਤੇ ਉਹ ਇਹਦੇ ਕੋਲੋਂ ਬਕਾਇਦਾ ਤੌਰ ਤੇ ਅਸਤੀਫਾ ਮੰਗਦੇ ਵੀ ਜਿੰਨਾ ਚਿਰ ਅਸਤੀਫਾ ਨਹੀਂ ਦਿੰਦਾ ਇਹਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਤੇ ਕਿਸੇ ਧਾਰਮਿਕ ਕਿਤੇ ਰਾਜਸੀ ਕਿਤੇ ਸਮਾਜਿਕ ਸਟੇਟ ਨਹੀਂ ਬੋਲ ਸਕੇਗਾ ਜੀ। ਤੇ ਬਕਾਇਦਾ ਤੌਰ ਤੇ ਅਮਾਲੇ ਦੇ ਵਿੱਚ ਰੈਲੀ ਹੁੰਦੀ ਹੈ ਤੇ ਬਤੌਰ ਪ੍ਰਧਾਨ ਜਦੋਂ ਬੋਲਣ ਲੱਗਦਾ ਵਾ ਜਗਦੇਵ ਸਿੰਘ ਤਲੰਡੀ, ਸੰਗਤ ਵਿਰੋਧ ਕਰਦੀ ਵੀ ਤੈਨੂੰ ਨਹੀਂ ਬੋਲਣ ਦੇਣਾ, ਪਹਿਲਾਂ ਜਾ ਕੇ ਅਕਾਲ ਤਖ਼ਤ ਤੇ ਆਪਣਾ ਫੈਸਲਾ ਕਰ ਜੀ। ਫਸ ਗਿਆ ਪ੍ਰਧਾਨ। ਅਕਾਲ ਤਖ਼ਤ ਦੀ ਜਥੇਦਾਰ ਦੀ ਇੰਨੀ ਮਹੱਤਤਾ ਹੁੰਦੀ ਸੀ, ਅੱਜ ਸ਼ੁਕਰ ਆ, ਅੱਜ ਕਹਿੰਦੇ ਵੀ ਸਾਡੀ ਬਦਕਿਸਮਤੀ ਆ, ਜਥੇਦਾਰ ਆਪਣੇ ਆਪ ਨੂੰ ਜਥੇਦਾਰ ਨਹੀਂ ਸਿੰਘ ਸਾਹਿਬ ਖਵਾ ਕੇ ਰਾਜੀ ਆ, ਵੀ ਸਿੰਘ ਸਾਹਿਬ ਹੁੰਦੇ ਜਥੇਦਾਰ ਨਹੀਂ ਹੁੰਦੇ ਜੀ ਜੀ। ਤੇ ਜਦੋਂ ਇੰਨੀ ਗੱਲ ਕਹੀ ਸੀ ਫਿਰ ਸੱਪ ਦੇ ਮੂੰਹ 'ਚ ਕੋੜ ਕਿਰਲੀ ਸੀਗੀ ਜੀ, ਜਹੇਦਾਰ ਜਗਦੇਵ ਸਿੰਘ ਤਲਵੰਡੀ ਨੂੰ ਅਸਤੀਫਾ ਦੇਣਾ ਪਿਆ, ਲੇਕਿਨ ਅਸਤੀਫਾ ਦੇਣ ਤੋਂ ਪਹਿਲਾਂ ਉਹਨੇ ਇੱਕ ਗੱਲ ਆਪਣੀ ਮੰਗਾਈ ਸੀ। ਜਹੇਦਾਰ ਗੁਰਚਰਨ ਸਿੰਘ ਟੌੜਾ ਨੂੰ ਕਹਿੰਦਾ ਸੀ ਵੀ ਆਹ ਜਿਹੜਾ ਤੇਰਾ ਜਥੇਦਾਰ ਅਕਾਲ ਤਖ਼ਤ ਇਹਦੀ ਵਜ੍ਹਾ ਕਰਕੇ ਮੇਰੀ ਬੇਇੱਜ਼ਤੀ ਹੋਈ, ਮੈਂ ਅਸਤੀਫਾ ਦੇ ਦਿੰਦਾ, ਪਹਿਲਾਂ ਤੂੰ ਇਹਨੂੰ ਜਥੇਦਾਰ ਨੂੰ ਲਾ ਦੇ ਜੀ। ਤੇ ਭੌਰਾ ਸਾਹਿਬ ਕਹਿੰਦੇ ਹੁੰਦੇ ਸੀ ਜਬ ਤੱਕ ਟੌੜਾ ਤਬ ਤੱਕ ਭੌਰਾ ਭੌਰਾ। ਲੇਕਿਨ ਅਗਲਿਆਂ ਨੇ ਇੱਕ ਸ਼ਰਮ ਨਹੀਂ ਪਾਉਣ ਦਿੱਤਾ, ਨਹਾ ਕੇ ਬਾਹਰ ਨਿਕਲ ਦੋ, ਤੇ ਕਹਿੰਦੇ ਸੀ ਪਹਿਲਾਂ ਅਸਤੀਫੇ ਦੇ ਸਾਈਨ ਕਰ ਤੇ ਆਪਣਾ ਮੈਟਰ ਖਾਲੀ ਕਰ ਜੀ। ਇਹ ਸਾਡੀ ਪਰੰਪਰਾ ਸੀਗੀ ਵੀ ਪ੍ਰਧਾਨ ਅਸਤੀਫਾ ਦਿੰਦਾ ਸੀ। 1994 ਚ ਅੰਮ੍ਰਿਤਸਰ ਐਲਾਨਨਾਮਾ ਹੁੰਦਾ ਤੇ ਪੰਥਕ ਏਕਤਾ ਦੇ ਨਾਂ ਤੇ 14 ਅਪ੍ਰੈਲ 1994 ਨੂੰ ਬਕਾਇਦਾ ਤੌਰ ਤੇ ਅਕਾਲ ਤਖ਼ਤ ਤੋਂ ਇੱਕ ਮੁਹਿੰਮ ਚੱਲਦੀ ਪੰਥਕ ਏਕਤਾ ਦੀ ਤੇ 6-7 ਅਕਾਲੀ ਦਲ ਜੀ
ਕੈਪਟਨ ਅਮਰਿੰਦਰ ਸਿੰਘ ਸ਼ਾਮਿਲ ਹੁੰਦਾ, ਇਹਦਾ ਪੰਥਕ ਅਕਾਲੀ ਦਲ ਸੀ ਉਦੋਂ। ਜੀ ਜੀ ਜੀ। ਕਰਤਾਰ ਸਿੰਘ ਟੱਕਰ ਦੇ ਬੇਟੇ ਸ਼ਪਾਲ ਸਿੰਘ ਟੱਕਰ ਦਾ ਟੱਕਰ ਅਕਾਲੀ ਦਲ ਸੀਗਾ, ਇੰਟਰਨੈਸ਼ਨਲ ਅਕਾਲੀ ਦਲ ਸੀਗਾ। ਜਿੰਨੇ ਅਕਾਲੀ ਦਲ 6-7 ਹੈਗੇ ਸੀ ਸਾਰਿਆਂ ਦੇ ਮਾਨ ਸਿਮਰ ਸਿੰਘ ਮਾਨ ਸਾਰੇ ਅਸਤੀਫੇ ਦੇ ਦਿੱਤੇ ਸੀ ਜੀ। ਇਹਨਾਂ ਨੇ ਅਸਤੀਫੇ ਦੇ ਦਿੱਤੇ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਸੀ। ਇਹ ਮਈ ਦੇ ਪਹਿਲੇ ਹਫ਼ਤੇ 'ਚ ਬਕਾਇਦਾ ਤੌਰ 'ਤੇ ਇਹਨੂੰ ਤਲਬ ਕੀਤਾ ਜਾਂਦਾ ਅਤੇ ਉਸ ਟਾਈਮ ਦੇ ਉੱਤੇ ਜਹੇਦਰ ਅਕਾਲ ਤਖ਼ਤ ਜਿਹੜੇ ਐਕਟਿੰਗ ਜਥੇਦਾਰ ਸੀਗੇ ਉਹ ਪ੍ਰੋਫੈਸਰ ਮਨਜੀਤ ਸਿੰਘ ਸੀ, ਕਿਉਂਕਿ ਭਾਈ ਰਣਜੀਤ ਸਿੰਘ ਉਹਨਾਂ ਦੇ ਨਾਲ ਜੇਲ੍ਹ ਸਨ ਜੀ, ਜਿਨ੍ਹਾਂ ਨੂੰ 90 ਜਥੇਦਾਰ ਲਾਇਆ ਗਿਆ ਸੀ। ਹੁਣ ਜਦੋਂ ਇਹ ਜੇਲ੍ਹ ਦੇ ਵਿੱਚ ਸਨ ਅਤੇ ਬ੍ਰਹਮਪੁਰਾ ਇੱਕ ਨਾਲ ਸੰਗਤੀ ਹੋਰ ਸੀ, ਇਹਨਾਂ ਨੇ ਆ ਕੇ ਜਥੇਦਾਰ ਦੇ ਬੂਹੇ ਨੂੰ ਠੁੱਡੇ ਮਾਰੇ ਸੀ, ਗਾਲਾਂ ਕੱਢੀਆਂ ਸੀ ਪ੍ਰਕਰਮਾਂ ਦੇ ਵਿੱਚ। ਬਿਲਕੁਲ, ਇੱਥੋਂ ਤੱਕ ਖਬਰਾਂ ਸੀਗੀਆਂ ਕਿ ਇਹਨਾਂ ਦੇ ਗਲਾਵੇ ਨੂੰ ਵੀ ਹੱਥ ਪਾਉਣ ਦੀ ਚਰਚਾ ਉਸ ਵੇਲੇ ਨਿਕਲ ਗਈ। ਗਲਾਵੇ ਨੂੰ ਹੱਥ ਹੀ ਨਹੀਂ ਪੁੱਜੋ, ਵੜ ਗਿਆ ਸ਼ਿੰਦਰ ਆਪਣੇ, ਲੇਕਿਨ ਠੁੱਡੇ ਮਾਰੇ ਸੀ ਬੂਹੇ ਵੀ ਤੂੰ ਕੌਣ ਹੋ, ਮੈਂ ਸਭ ਕੁਛ ਸੀਗਾ ਮੰਗਣ ਵਾਲਾ ਜੀ। ਅਤੇ ਜਥੇਦਾਰ ਗੁਰਚਰਨ ਸਿੰਘ ਟੌੜਾ ਨਾਲ ਮੁੜ ਕੇ ਉਹਨੇ ਸਮਝੌਤਾ ਕਰ ਲਿਆ ਅਤੇ ਉਹ ਜਿਹੜੀ ਸਾਡੀ ਪੰਥਕ ਏਕਤਾ ਸੀ ਰੁਲ ਗਈ। ਮਤਲਬ ਪ੍ਰੋਫੈਸਰ ਜੇ ਪ੍ਰਕਾਸ਼ ਸਿੰਘ ਬਾਦਲ ਸੀ ਉਹਨਾਂ ਵੀ ਆਪਣੀ ਪ੍ਰਧਾਨੀ ਤੋਂ ਅਸਤੀਫਾ ਨਹੀਂ ਦਿੱਤਾ ਜੀ ਜੀ ਉਹਨਾਂ ਨੇ। ਬਿਲਕੁਲ, ਆਪਣੇ ਪੁੱਤ ਨੂੰ 2008 'ਚ ਸਰਬਸੰਮਤੀ ਨਾਲ ਆਪਣੀ ਸਹਿਮਤੀ ਨਾਲ ਪ੍ਰਧਾਨ ਬਣਾਇਆ ਸੀਗਾ ਅਤੇ ਉਹਦੀ ਪ੍ਰਧਾਨਗੀ ਸਮੇਂ ਕਿਹੜੇ ਦੋ ਬੰਦੇ ਸੀ, ਇੱਕ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਦੇ ਨਾਂ ਪੇਸ਼ ਕਰਨ ਵਾਲੇ ਬੰਦੇ ਸੀ। ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਕੋਲ ਅਸਤੀਫਾ ਮੰਗਿਆ ਰਿਹਾ ਵੀ ਸਾਡੀ ਪਰੰਪਰਾ ਰਹੀ ਆ ਜੀ ਅਤੇ ਪਹਿਲਾਂ ਇਹ ਲੀਡਰ ਦੱਸ ਦਿਨ, ਸੁਖਦੇਵ ਸਿੰਘ ਢੀਂਡਸਾ ਵੀ ਦੱਸ ਦੇਵੇ ਜਿਹੜਾ ਜਿਉਂਦਾ ਅੱਜ ਹੈਗਾ ਵਾ ਵੀ ਭਾਈ 1994 ਤੁਸੀਂ ਕਿੱਥੇ ਗਏ ਸੀ, ਉਦੋਂ ਪਰੰਪਰਾ ਨਹੀਂ ਸੀ ਹੈਗੀ। ਅਕਾਲ ਤਖ਼ਤ ਨੇ ਅਸਤੀਫੇ ਮੰਗੇ ਸੀ ਜਿਸ ਤਰ੍ਹਾਂ ਪਹਿਲਾਂ ਮੰਗਦੇ ਰਹੇ ਨੇ, ਦਿੱਤਾ ਸੀ ਅਸਤੀਫਾ ਤੁਸੀਂ, ਤੁਸੀਂ ਤਾਂ ਜਹੇਦਰ ਗੁਰਚਰਨ ਸਿੰਘ ਟੌੜਾ ਵੱਲੋਂ ਪ੍ਰਧਾਨਗੀ ਤੋਂ ਅਸਤੀਫਾ ਦੇਣ ਦੇ ਬਾਵਜੂਦ ਵੀ ਤੁਸੀਂ ਧੱਕੇ ਨਾਲ ਲਾਇਆ ਸੀ ਉਹਨੂੰ, ਜਲੀਲ ਕਰਕੇ ਲਾਇਆ ਸੀ। ਭਾਈ ਰਣਜੀਤ ਸਿੰਘ ਨੂੰ ਤੁਸੀਂ ਲਾਇਆ ਸੀ ਜਲੀਲ ਕਰਕੇ, ਆਪਣੀ ਪੀੜ੍ਹੀ ਥੱਲੇ ਸੋਟਾ ਜ਼ਰੂਰ ਫਿਰੋ ਪਹਿਲਾਂ ਤੁਸੀਂ। ਦੂਸਰੀ ਚੀਜ਼, ਪਹਿਲੀ ਗੱਲ ਤਾਂ ਹੈ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜ਼ਮੀਨ ਅਸਮਾਨ ਦਾ ਫਰਕ, ਜ਼ਮੀਨ ਅਸਮਾਨ ਜੀ। ਬਿਲਕੁਲ, ਸਰਦਾਰ ਸੁਖਬੀਰ ਸਿੰਘ ਬਾਦਲ ਅਰਿਸਟੋਕੇਟ ਆ, ਹੈਂਕੜਬਾਜ਼ੀ ਆ, ਇੱਕ ਕਾਰਪੋਰੇਟ ਅਦਾਰੇ ਜਿਹੜੀ ਪਾਰਟੀ ਨੂੰ ਕਾਰਪੋਰੇਟ ਅਦਾਰਾ ਚਲਾਉਂਦੇ ਆ, ਪ੍ਰਾਈਵੇਟ ਕੰਪਨੀ ਨਹੀਂ ਚਲਾਉਂਦੇ, ਵੀ ਮੈਂ ਜੋ ਕਹਿਤਾ ਕਹਿਤਾ ਜੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ 'ਚ ਚੀਜ਼ ਨਹੀਂ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਲੋਕਾਂ ਨਾਲ ਲੀਡਰ ਸੀ, ਜਹੇਦਰ ਗੁਰਚਰਨ ਸਿੰਘ ਲੀਡਰ ਨਾਲ ਲੀਡਰ ਸੀ। ਪ੍ਰਕਾਸ਼ ਸਿੰਘ ਬਾਦਲ ਭਾਵੇਂ ਹਾਰ ਵੀ ਜਾਂਦਾ ਸੀ ਨਾ, ਉਹ ਆਪਣੇ ਵਰਕ ਨਾਲ ਜੁੜਿਆ ਰਹਿੰਦਾ ਸੀ ਜੀ। ਹਾਰਨ ਦੇ ਬਾਵਜੂਦ ਦੂਜੇ ਦਿਨ ਗੱਡੀ ਕੱਢਦਾ ਸੀਗਾ, ਲੋਕਾਂ ਦੇ ਘਰਾਂ ਚਲ ਜਾਂਦਾ ਸੀ, ਲਾਣੇ ਮੰਜੇ ਤੇ ਬਹਿ ਜਾਂਦਾ ਜਹੇਦਰਨ ਜਾ ਕੇ, ਮੈਂ ਤੁਹਾਡਾ ਹੀ ਹਾਂ ਜੀ, ਦੱਸੋ ਕੀ ਹੁਕਮ ਨੂੰ, ਕੋਈ ਕੰਮ ਦੱਸੋ ਤੁਸੀਂ। ਲੇਕਿਨ ਸੁਖਬੀਰ ਸਿੰਘ ਬਾਦਲ 'ਚ ਚੀਜ਼ ਨਹੀਂ ਹੈਗੀ। ਬਿਲਕੁਲ, ਵੇਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮੈਂ ਆਪ ਗਵਾਹ ਵਾਂ। ਇੱਕ ਬੈਠੇ ਨੇ ਸੰਗਤ ਦਰਸ਼ਨ ਦੇ ਵਿੱਚ, ਅਸੀਂ 10 ਮਿੰਟ ਲੇਟ ਹੋ ਗਏ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਨੇ ਆਪਣੀ ਸੀਟ 'ਤੇ ਬੈਠੇ ਅਤੇ ਉੱਠ ਕੇ ਤੁਰ ਪਏ ਨੇ ਅਤੇ ਮੈਂ ਪਿੱਛੋਂ ਆਵਾਜ਼ ਮਾਰੀ ਹੈ, ਸਰਦਾਰ ਬਾਦਲ ਸਾਹਿਬ ਅਸੀਂ ਤਾਂ ਮਿਲਣਾ, ਤੁਸੀਂ ਚਲ ਚੱਲੇ ਜੇ। ਉਹਨਾਂ ਵੇਖਿਆ ਜੀ ਪ੍ਰੈਸ ਵਾਲੇ, ਉਹ ਫੇਰ ਆ ਕੇ ਸੀਟ 'ਤੇ ਬਹਿ ਗਏ ਅਤੇ 15 ਮਿੰਟ ਫਿਰ ਸਾਡੇ ਨਾਲ ਲਾਏ ਉਹਨਾਂ ਜੀ। ਇਹ ਸਿਫਤ ਸੀ ਉਹਨਾਂ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ। ਸੁਖਬੀਰ ਸਿੰਘ ਬਾਦਲ ਇਹ ਤਾਂ ਬੰਦੇ ਨੂੰ ਵੇਖ ਕੇ ਨਹੀਂ ਮਿਲਦੇ, ਬਾਕੀ ਕਿਹੜੀ ਗੱਲ ਰਹਿ ਗਈ ਜੀ।
ਜਿੰਨੀ ਕਿ ਇਹਨਾਂ 'ਚ ਅਰਿਸਟੋਕ੍ਰੇਟੀ ਆ ਉਹਦੇ 'ਚੋਂ ਬਾਹਰ ਆਉਣਾ ਪਊ। ਅਕਾਲੀ ਦਲ 'ਚ ਅਰਿਸਟੋਕ੍ਰੇਟੀ ਨਾਲ ਕੋਈ ਚੀਜ਼ ਨਹੀਂ ਹੈਗੀ। ਪੱਟੀ ਸਾਹਿਬ, ਇੱਥੇ ਥੋੜ੍ਹਾ ਜਿਹਾ ਨੁਕਤਾ ਜੋੜਦੇ ਚੱਲੀਏ। ਜਿਹੜਾ ਦਲਜੀਤ ਸਿੰਘ ਚੀਮਾ ਨੇ ਅੱਜ ਇੱਕ ਪੇਜ ਫੜ ਕੇ ਕਹਿੰਦੇ ਮਤਾ ਪਾਇਆ ਗਿਆ, ਉਹ ਪੇਜ ਫੜ ਕੇ ਜੋ ਕੁਝ ਬੋਲਿਆ, ਮੈਨੂੰ ਲੱਗਦਾ ਤੁਸੀਂ ਸੁਣਿਆ ਹੋਣਾ ਕਿ ਕਿਸ ਤਰੀਕੇ ਨਾਲ ਦਲਜੀਤ ਸਿੰਘ ਚੀਮਾ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਨੇ ਲੜਾਈ ਬੜੀ ਤਕੜੀ ਲੜੀ ਹੈ, ਜਿਸ ਵੇਲੇ ਕਹਿੰਦੇ ਹਵਾ ਦਾ ਰੁੱਖ ਉਲਟ ਚੱਲ ਰਿਹਾ ਸੀਗਾ, ਕਹਿੰਦੇ ਕਾਂਗਰਸ ਖਿਲਾਫ਼ ਅਕਾਲੀ ਦਲ ਦੇ, ਭਾਜਪਾ ਖਿਲਾਫ਼ ਅਕਾਲੀ ਦਲ ਦੇ, ਆਮ ਆਦਮੀ ਪਾਰਟੀ ਖਿਲਾਫ਼ ਅਕਾਲੀ ਦਲ ਦੇ, ਕਹਿੰਦੇ ਸਾਰੇ ਖਿਲਾਫ਼, ਅਤੇ ਉਹਨਾਂ ਹਾਲਾਤਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਲੜਾਈ ਬੜੀ ਤਕੜੀ ਲੜੀ ਹੈ, ਵੀ ਜਿਨ੍ਹਾਂ ਹਾਲਾਤਾਂ ਦੇ ਵਿੱਚ ਕੋਈ, ਇੱਥੋਂ ਤੱਕ ਵੀ ਕਹਿੰਦੇ ਕਿ ਜਦੋਂ ਆਪਣੇ ਵੀ ਸਿੱਧੇ ਤੌਰ 'ਤੇ, ਮੈਂ ਜਿਵੇਂ ਸ਼ੁਰੂਆਤ ਵਿੱਚ ਜ਼ਿਕਰ ਕੀਤਾ ਕਿ ਆਪਣੇ ਵੀ ਦੂਜਿਆਂ ਦੀ ਕਹਾੜੀ ਦਾ ਦਸਤਾ ਬਣਨ ਦੇ ਲਈ ਉਤਾਵਲੇ ਹੋਏ ਬੈਠੇ ਸੀਗੇ ਅਤੇ ਉਹਨਾਂ ਦੇ ਵਜੋਂ ਕੰਮ ਕਰ ਰਹੇ ਸੀ, ਕਹਿੰਦੇ ਉਹਨਾਂ ਹਾਲਾਤਾਂ 'ਚ ਸੁਖਬੀਰ ਸਿੰਘ ਬਾਦਲ ਨੇ ਵਧੀਆ ਕੰਮ ਕੀਤਾ, ਅਤੇ ਇਸ ਕਰਕੇ ਪਾਰਟੀ ਦੀ ਜਿਹੜੀ ਪਹਿਲੀ ਬੈਠਕ ਹੋਈ ਹੈ 11:30 ਵਜੇ ਜਿਹੜੀ ਜ਼ਿਲ੍ਹਾ ਪ੍ਰਧਾਨਾਂ ਨਾਲ, ਉਹਨਾਂ ਨੇ ਵੀ ਇਹੀ ਮਤਾ ਪਾਇਆ, ਅਤੇ ਹੁਣ ਜਿਹੜੀ ਬਾਅਦ 'ਚ ਸੀਨੀਅਰ ਆਗੂਆਂ ਦੇ ਨਾਲ ਹੋਈ ਹੈ ਉਹਨਾਂ ਨੇ ਵੀ ਇਹੀ ਮਤਾ ਪਾਇਆ ਕਿ ਸੁਖਬੀਰ ਸਿੰਘ ਬਾਦਲ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ। ਇਹ ਅਗਲੇ 2 ਦਿਨ 'ਚ ਸਾਰੀ ਗੱਲ ਬਾਹਰ ਆ ਜਾਏਗੀ ਜੀ। ਪਹਿਲੀ ਕੋਰ ਕਮੇਟੀ ਦੇ ਵਿੱਚ ਬਾਅਦ ਦੇ ਵਿੱਚ ਦਲਜੀਤ ਸਿੰਘ ਚੀਮਾ ਇੱਕ ਪ੍ਰੈਸ ਨੋਟ ਜਾਰੀ ਕਰਦੇ ਆ ਵੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਸਾਰੀ ਕੋਰ ਕਮੇਟੀ ਨੇ ਜਿਹੜਾ ਸੀ ਉਹ ਭਰੋਸਾ ਪ੍ਰਗਟ ਕੀਤਾ ਜੀ। ਤੇ ਅਗਲੇ ਦਿਨ ਨਾਲ ਹੀ ਚੰਦੂ ਮਾਦਲ ਦਾ ਬਿਆਨ ਆ ਜਾਂਦਾ ਵੀ ਨਹੀਂ ਇਹ ਤਾਂ ਗੱਲ ਹੋਈ ਨਹੀਂ ਉੱਥੇ ਕੋਈ ਤੇ। ਬਿਲਕੁਲ, ਇਸ ਕਰਕੇ ਇਹਦੇ ਬਾਰੇ ਵੀ ਤੁਸੀਂ ਕਹਿ ਰਹੇ ਹੋ ਆਪੇ ਕੱਲ ਤੱਕ ਸਪਸ਼ਟ ਹੋ ਜਾਏਗੀ ਸਥਿਤੀ। ਬਾਕੀ ਦੂਸਰੀ ਚੀਜ਼ ਕਿੰਨੇ ਕੁ ਲੋਕ ਤੁਸੀਂ ਕੱਢੋਗੇ ਜੀ, ਇਹਦਾ ਮਤਲਬ ਹੈ ਵੀ ਤੇ ਇਕੱਲੇ ਰਹਿ ਜਾਓਗੇ, ਇਕੱਲੇ ਗਰੀਬ ਜੋ ਕਰਨਾ ਤੁਸੀਂ। ਜਿਹੜਾ ਕੰਮ ਸਰਦਾਰ ਸੁਖਬੀਰ ਸਿੰਘ ਬਾਦਲ ਅੱਜ ਕਰਨ ਲੱਗਾ ਇਹਨੂੰ ਅੱਜ ਤੋਂ ਘੱਟੋ ਘੱਟ 1 ਸਾਲ ਪਹਿਲਾਂ ਕਰਨਾ ਚਾਹੀਦਾ ਸੀ। ਬਿਲਕੁਲ, ਜੇ ਪਹਿਲਾਂ ਕਰਦੇ ਤੇ ਨਾ ਇਹਨਾਂ ਦਾ ਹਸ਼ਰ ਮਾੜਾ ਹੁੰਦਾ ਚੋਣਾਂ ਦੇ ਵਿੱਚ, ਨਾ ਇਹ ਇਹਨਾਂ ਦੀ ਹਾਲਤ ਮਾੜੀ ਹੁੰਦੀ। ਅੱਜ ਹੁਣ ਇਹਨਾਂ ਨੂੰ ਕੋਈ ਰਾਹ ਨਹੀਂ ਮਿਲ ਰਿਹਾ ਵੀ ਜਾਈ ਕਿਹੜੇ ਪਾਸੇ ਜੀ, ਲੇਕਿਨ ਰਾਹ ਵਿਰੋਧੀ ਧਿਰ ਨੇ ਇਹਨਾਂ ਨੂੰ ਆਪ ਹੀ ਦਿੱਤਾ ਹੁਣ ਜੀ, ਵੀ ਜਦੋਂ ਵਿਰੋਧੀ ਧਿਰ ਨੇ ਇਹ ਗੱਲ ਕਹਿਤੀ ਵੀ ਅਸੀਂ 1 ਤਰੀਕ ਨੂੰ ਬਕਾਇਦਾ ਤੌਰ 'ਤੇ 11 ਵਜੇ ਜਥੇਦਾਰ ਅਕਾਲ ਤਖ਼ਤ ਨੂੰ ਇੱਕ ਮੰਗ ਪੱਤਰ ਸੌਂਪਾਂਗੇ ਜਿਹਦੇ ਵਿੱਚ ਸਾਨੂੰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਅਸਤੀਫੇ ਦੀ ਮੰਗ ਕੀਤੀ ਜਾਵੇ। ਜਿਹੜੀ ਮੇਰੀ ਇਨਫੋਰਮੇਸ਼ਨ ਆ ਜੀ, ਉਹਦੇ ਮੁਤਾਬਕ ਇਹ ਸੀ ਵੀ ਸੁਰਜੀਤ ਸਿੰਘ ਰੱਖੜਾ ਉਹਨੂੰ ਇਹ ਅੱਜ ਪ੍ਰਧਾਨ ਬਣਾਉਣਾ ਚਾਹੁੰਦੇ ਸੀ, ਲੇਕਿਨ ਉਹ ਰੁੱਖ ਕਿਉਂ ਗਏ ਸਿਰਫ ਅਕਾਲ ਤਖ਼ਤ ਜੀ, ਵੀ ਅਕਾਲ ਤਖ਼ਤ ਨੂੰ ਵੇਖ ਲਈਏ ਵੀ ਕੀ ਕੀਤਾ ਜਾਵੇ। ਬਿਲਕੁਲ, ਜੇ ਸੁਖਬੀਰ ਸਿੰਘ ਰੱਖੜਾ ਨੂੰ ਪ੍ਰਧਾਨ ਬਣਾਉਂਦੇ ਤਾਂ ਇਟ ਜੇ ਸਪਸ਼ਟ, ਇਹ ਗੱਲ ਬਿਲਕੁਲ ਸਪਸ਼ਟ ਹੋ ਜਾਂਦੀ ਹੈ, ਕੰਨ ਤੇ ਲਿਖਿਆ ਹੋ ਜਾਂਦਾ ਮਗਰਲੇ ਪਾਸੇ ਬੀਜੇਪੀ ਖੜੀ ਹੈ ਜੀ। ਉਹ ਬੀਜੇਪੀ ਜਿਹੜੀ ਬੀਜੇਪੀ ਨੇ ਇਹਨਾਂ ਨੂੰ ਇਹ ਗੱਲ ਕਹੀ ਸੀ ਵੀ ਤੁਹਾਡੇ ਨਾਲ ਅਸੀਂ ਕੰਪਰੋਮਾਈਜ਼ ਤਦ ਕਰ ਸਕੀਏ, ਤੁਹਾਡੇ ਨਾਲ ਅਲਾਇੰਸ ਹੀ ਤਦ ਕਰ ਸਕਦੇ ਹਾਂ ਜੇ ਤੁਸੀਂ ਪੰਥਕ ਰਾਜਨੀਤੀ ਨਹੀਂ ਕਰੋਗੇ, ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨਹੀਂ ਕਰੋਗੇ ਜੀ, ਕਿਸਾਨਾਂ ਦੀ ਗੱਲ ਨਹੀਂ ਕਰੋਗੇ, ਤੇ ਤਿੰਨੇ ਮੁੱਦੇ ਜਿਹੜੇ ਸੀ ਉਹ ਅਕਾਲੀ ਦਲ ਦੇ ਪੈਟ ਮੁੱਦੇ ਜਿਹਨਾਂ ਤੋਂ ਬਗੈਰ ਦਾ ਗੁਜ਼ਾਰਾ ਹੀ ਨਹੀਂ ਹੈ। ਬਿਲਕੁਲ, ਜੇ ਸੁਰਜੀਤ ਸਿੰਘ ਰੱਖੜਾ ਪ੍ਰਧਾਨ ਬਣਦਾ ਤੇ ਉਹਨਾਂ ਨੂੰ ਇੱਕ ਵਧੀਆ ਮੌਕਾ ਮਿਲ ਜਾਂਦਾ ਸੁਖਬੀਰ ਸਿੰਘ ਬਾਦਲ, ਤੇ ਉਹਨਾਂ ਨੂੰ ਵੀ ਵੇਖੋ ਜੀ ਇਹ ਬੀਜੇਪੀ ਦੇ ਇਸ਼ਾਰਿਆਂ ਸਭ ਕੁਛ ਕਰ ਰਹੇ ਜੀ। ਇਸ ਕਰਕੇ ਅੱਜ ਇਹ ਵਾਲ ਵਾਲ ਬਚੇ ਨੇ ਤੋਂ ਚੰਗੀ ਗੱਲ ਬਚ ਗਏ ਨੇ। ਪਰ ਪੱਟੀ ਸਾਹਿਬ, ਉਹਨਾਂ ਨੇ ਨਾਲ ਦੀ ਨਾਲ ਤਾਂ ਜ਼ਿਕਰ, ਕਿਉਂਕਿ ਚੰਦੂ ਮਾਜਰਾ ਸਾਹਿਬ ਬੋਲ ਰਹੇ ਸੀ, ਉਹਨਾਂ ਨੇ ਨਾਲ ਦੀ ਨਾਲ ਤਾਂ ਜ਼ਿਕਰ ਕਰਤਾ, ਕਹਿੰਦੇ ਕਿ ਸਾਡੇ ਲਈ ਤਾਂ ਸਭ ਤੋਂ ਮੁੱਦਾ ਹੀ ਅਹਿਮ ਬੰਦੀ ਸਿੰਘਾਂ ਦੀ ਰਿਹਾਈ ਹੋਊਗਾ, ਕਿਉਂਕਿ ਉਹਨਾਂ ਨੇ ਅੱਜ, ਕਿਉਂਕਿ ਜੇ ਇਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ 49 ਸਾਲ ਐਮਰਜੈਂਸੀ ਨੂੰ ਵੀ ਹੋ ਗਏ, 25 ਜੂਨ ਵਾਲੇ ਦਿਨ 1975 ਦੇ ਵਿੱਚ ਜਿਹੜੀ ਲੱਗੀ ਸੀਗੀ, 21 ਮਹੀਨੇ ਚੱਲੀ ਸੀ, ਕਹਿੰਦੇ ਐਮਰਜੈਂਸੀ ਦਾ ਦਿਨ ਵੀ ਹੈ, ਕਹਿੰਦੇ ਸਾਡੇ 'ਤੇ ਸਾਰੇ ਕਾਨੂੰਨ ਉਹਨਾਂ ਨੇ ਠੋਕਤੇ ਸੀ ਉਸ ਵੇਲੇ, ਮੀਸਾ ਵਰਗੇ ਕਾਨੂੰਨ ਕਹਿੰਦੇ ਮੇਰੇ 'ਤੇ ਲਾਏ ਸੀਗੇ, ਅਤੇ ਕਹਿੰਦੇ ਅੱਜ ਵੀ
ਜਿਹੜੀ ਮੌਜੂਦਾ ਧਿਰ ਹੈਗੀ ਉਹ NSA ਲਗਾਤਾਰ ਵਧਾ ਰਹੀ ਹੈ ਅੰਮ੍ਰਿਤਪਾਲ ਵਰਗੇ ਨੌਜਵਾਨਾਂ ਅਤੇ ਜਿਹੜੇ ਹੋਰ ਬੰਦੀ ਸਿੰਘ ਜਿਹੜੇ ਨੇ, ਕਹਿੰਦੇ ਉਹਨਾਂ ਨੂੰ ਵੀ ਰਿਹਾਅ ਕਰਾਉਣਾ, ਸਾਡਾ ਅਹਿਮ ਮੁੱਦਾ ਰਹੂਗਾ ਇਸ ਮੀਟਿੰਗ ਦਾ, ਉਹਨਾਂ ਨੇ ਹਿੱਸਾ ਬਣਾਇਆ ਇਸ ਚੀਜ਼ ਨੂੰ? ਨਹੀਂ, ਉਦੋਂ ਕਾਰਨ ਕੀ ਬਣਿਆ ਸੀਗਾ? ਇੰਦਰਾ ਗਾਂਧੀ ਨੇ ਬਕਾਇਦਾ ਤੌਰ ਤੇ ਜਥੇਦਾਰ ਸੰਤੋਖ ਸਿੰਘ ਦਿੱਲੀ ਨੂੰ ਇਹ ਗੱਲ ਕਹੀ ਸੀਗੀ ਵੀ ਜਥੇਦਾਰ ਸੰਤੋਖ ਸਿੰਘ ਦਿੱਲੀ ਇੱਕ ਅਜਿਹਾ ਵਾਹਿਦ ਸ਼ਖਸ ਸਿੱਖਾਂ ਦੇ ਵਿੱਚ ਜੀ ਜਿਹੜਾ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਬਿਨਾਂ ਟਾਈਮ ਲਿਆ ਮਿਲ ਸਕਦਾ ਸੀ ਜੀ, ਵਾਹਿਦ ਸ਼ਖਸ ਸੀ। ਤੇ ਇੰਦਰਾ ਗਾਂਧੀ ਨੇ ਉਹਨਾਂ ਨੂੰ ਇਹ ਗੱਲ ਕਹੀ ਸੀ ਵੀ ਜਥੇਦਾਰ ਜੀ ਜਾ ਕੇ ਅਕਾਲੀਆਂ ਨੂੰ ਕਹਿ ਲਓ ਜੋ ਪੰਜਾਬ ਵਾਸਤੇ ਲੜਨਾ ਲੈ ਲਓ। ਉਹਨੇ ਕਿਹਾ ਜੀ ਪੰਜਾਬ ਦਾ ਨਾਂ ਖਾਲਸਾ ਰੱਖ ਲਓ, ਮਨੁੱਖ ਇਤਰਾਜ ਨਹੀਂ, ਭਾਖੜਾ ਡੈਮ ਲੈਣਾ ਲੈ ਲਓ, ਚੰਡੀਗੜ੍ਹ ਲੈਣਾ ਲੈ ਲਓ, ਪੰਜਾਬੀ ਬੋਲਦੇ ਇਲਾਕੇ ਲੈਣੇ ਲੈ ਲਓ, ਸਪੈਸ਼ਲ ਪੈਕੇਜ ਲੈਣਾ ਲੈ ਲਓ ਤੁਸੀਂ ਮੇਰੇ ਕੋਲ, ਤੇ ਸਭ ਕੁਛ ਤੁਸੀਂ ਲੈ ਲਓ ਤੇ ਤੁਸੀਂ ਮੋਰਚਾ ਨਾ ਲਾਇਓ, ਮੈਨੂੰ ਆ ਨਿੱਕਰ ਧਾਰੀ ਸੁਧੇ ਕਰ ਲੈਣ ਦੇ ਤੁਸੀਂ। 8 ਮੈਂਬਰੀ ਕਮੇਟੀ ਸੀ, ਸਿਰਫ ਇੱਕ ਵਿਅਕਤੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਸੀ ਮੋਰਚਾ ਲੱਗੇਗਾ ਲੱਗੇਗਾ। ਸਾਡੇ ਗੁਰੂ ਦਾ ਹੁਕਮ ਆ, ਨਾ ਜ਼ੁਲਮ ਸਹਿਣਾ ਵਾ, ਨਾ ਜ਼ੁਲਮ ਕਰਨਾ ਤੇ ਨਾ ਜ਼ੁਲਮ ਬਰਦਾਸ਼ਤ ਕਰਨਾ ਕਿਸੇ ਦੇ ਉੱਤੇ। ਕਰੀਬ 43,000 ਲੋਕ ਜੇਲ੍ਹਾਂ 'ਚ ਗਏ ਤੇ 19 ਮਹੀਨੇ ਬਾਅਦ ਇਹ ਐਮਰਜੈਂਸੀ ਖਤਮ ਹੋਈ ਤੇ ਇੰਦਰਾ ਗਾਂਧੀ ਨੇ ਕਿਹਾ ਤੁਹਾਨੂੰ ਹੁਣ ਦੱਸੂਗੀ ਮੈਂ ਕੀ ਭਾਤ ਹੁੰਦੀ ਆ, ਤੇ ਉਹਦੇ ਸਿੱਟੇ ਦੇ ਵਿੱਚੋਂ ਹੀ ਫਿਰ ਸਭ ਕੁਝ ਨਿਕਲਿਆ ਜੀ। ਕਪੂਰੀ ਮੋਰਚਾ ਨਿਕਲਿਆ, ਧਰਮਜੋਤ ਮੋਰਚਾ ਨਿਕਲਿਆ, ਉਹ ਸਾਕਾ ਨੀਲਾ ਤਾਰਾ ਨਿਕਲਿਆ। ਗਲਤੀਆਂ ਕਿਹਨਾਂ ਦੀਆਂ ਸੀਗੀਆਂ? ਚੰਦੂ ਮਾਜਰਾ ਸਾਹਿਬ ਉਦੋਂ ਦਾ ਵਿਚਾਰ ਵੀ ਕਰ ਲਓ ਤੁਸੀਂ, ਬਿਲਕੁਲ ਅੱਜ ਤੁਸੀਂ ਗੱਲਾਂ ਕਰਦੇ ਹੋ ਠੀਕ ਹੈ, ਨਾਲੇ ਤੁਸੀਂ ਉਦੋਂ ਇਸ ਤੁਸੀਂ ਤੇ ਵਿਦਿਆਰਥੀ ਖੇਤਰ ਚੋਂ ਫੜੇ ਗਏ ਸੀਗੇ, ਤੁਸੀਂ ਨਕਸਲਾਈਟ ਸੀ ਉਦੋਂ, ਕੌਣ ਕਿਹਨਾਂ ਨੇ ਪਤਾ ਦੇ ਬਾਰੇ ਚ ਲੈਫਟਿਸਟ ਦੇ ਤੌਰ ਤੇ ਵਿਚਰਦੇ ਸੀ। ਇਸ ਕਰਕੇ ਕਹਿਣ ਤੋਂ ਭਾਵ ਇਹ ਆ ਵੀ ਇਹਨਾਂ ਦੀ ਜਿਹੜੀ ਆ ਵਿਰੋਧੀ ਧਿਰ ਆ ਉਹ ਵੀ ਅਜੇ ਸਪਸ਼ਟ ਨਹੀਂ, ਅਸੀਂ ਕਰਨਾ ਕੀ ਆ। ਲੇਕਿਨ ਇਹ ਆ ਵੀ ਅਕਾਲ ਤਖ਼ਤ ਤੇ ਮੁੱਦਾ ਚਲੇ ਗਿਆ ਤੇ ਸੁਖਬੀਰ ਸਿੰਘ ਬਾਦਲ ਐਂਡ ਸਾਥੀ ਹੁਣ ਇੱਕ ਕੰਮ ਕਰਨਗੇ, ਉੱਥੇ ਜਾ ਕੇ ਜਥੇਦਾਰ ਨੂੰ ਕਹਿਣਗੇ ਸਾਡੇ ਕੋਲ ਗਲਤੀ ਹੋ ਜਾਈ, ਸਾਨੂੰ ਤਨਖਾਹ ਦਿਓ ਜੀ। ਤੇ ਇਸੇ ਗੱਲ ਦਾ ਪੱਟੀ ਸਾਹਿਬ ਜ਼ਿਕਰ ਤਾਂ ਲੰਮੇ ਸਮੇਂ ਤੋਂ ਚਰਨਜੀਤ ਬਰਾੜ ਕਰ ਰਹੇ ਸੀ, ਅੱਜ ਉਹ ਜਲੰਧਰ ਵਾਲੀ ਮੀਟਿੰਗ 'ਚ ਨਜ਼ਰ ਵੀ ਆਏ, ਕਹਿੰਦੇ ਮੈਂ ਤਾਂ ਤੁਹਾਨੂੰ ਤੁਹਾਡੇ ਫਾਇਦੇ ਦੀ ਗੱਲ ਕਹਿ ਰਿਹਾ। ਉਹਦੇ ਵਿੱਚ ਬੁਲਾਇਆ ਨਹੀਂ ਗਿਆ ਉਹਨਾਂ ਨੂੰ, ਉਹਨਾਂ ਨੂੰ ਬੁਲਾਇਆ ਨਹੀਂ ਗਿਆ, ਉਹਨਾਂ ਲਿਖਤੀ ਤੌਰ ਤੇ ਆਪਣੀ ਰਾਏ ਭੇਜਦੀ ਸੀ, ਮੇਰੀ ਰਾਏ ਇਹ ਹੈਗੀ ਨਹੀਂ। ਤਸਵੀਰਾਂ ਆਈਆਂ ਪੱਟੀ ਸਾਹਿਬ ਕੁਛ ਸਮਾਂ ਪਹਿਲਾਂ ਹੀ ਤਸਵੀਰਾਂ ਦੇਖ ਕੇ ਹਟੇ ਸੀ, ਉਹਨਾਂ ਦੇ ਵਿੱਚ ਚਰਨਜੀਤ ਬਰਾੜ ਵੀ ਨਜ਼ਰ ਆ ਰਹੇ ਨੇ, ਸੁਰਜੀਤ ਸਿੰਘ ਰੱਖੜਾ ਵੀ ਨਜ਼ਰ ਆ ਰਹੇ ਨੇ, ਉਹਨਾਂ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਵੀ ਨਜ਼ਰ ਆ ਰਹੇ ਨੇ, ਜਗੀਰ ਕੌਰ ਵੀ ਨਜ਼ਰ ਆ ਰਹੇ ਨੇ। ਸਿਕੰਦਰ ਸਿੰਘ ਕਿਉਂਕਿ ਮਲੂਕਾ ਦਾ ਮੈਂ ਜ਼ਿਕਰ ਕਰ ਹਟੇ ਹਾਂ, ਉਹ ਖੱਬੇ ਪਾਸੇ ਬੈਠੇ ਅਤੇ ਬੀਬੀ ਜਗੀਰ ਕੌਰ ਸੱਜੇ ਪਾਸੇ ਬੈਠੇ, ਚੰਦੂ ਮਾਜਰਾ ਸਾਹਿਬ ਦੇ ਨਾਲ ਦੀ ਨਾਲ ਥੋੜ੍ਹੀ ਜਿਹੀ ਦੂਰੀ 'ਤੇ ਬਰਾੜ ਸਾਹਿਬ ਬੈਠੇ ਸੀ। ਹਾਂਜੀ, ਉਸੇ ਤਾਂ ਬਾਅਦ 'ਚ ਬੁਲਾ ਲਿਆ, ਮੈਨੂੰ ਇਹ ਗੱਲ ਦਾ ਪਤਾ ਨਹੀਂ, ਲੇਕਿਨ ਪਹਿਲਾਂ ਆਇਆ ਸੀ, ਉਹਨੇ ਬੁਲਾਇਆ ਨਹੀਂ ਗਿਆ, ਉਹਨੇ ਆਪਣੀ ਲਿਖਤੀ ਭੇਜਿਆ ਸੀ ਰਾਏ, ਮੇਰੀ ਰਾਏ ਇਹ ਹੈਗੀ ਜੀ। ਚਰਨਜੀਤ ਸਿੰਘ ਬਰਾੜ ਨੇ ਜਿਹੜੀ ਰਾਏ ਦਿੱਤੀ ਸੀ ਉਹ ਕਾਫ਼ੀ ਹੱਦ ਤੱਕ ਜਾਇਜ਼ ਰਾਏ ਸੀ, ਬਿਲਕੁਲ ਇਹ ਪ੍ਰਿਜ ਨੇ ਬਣਾ ਲਿਓ, ਪ੍ਰਧਾਨਗੀ ਮੰਡਲ ਬਣਾ ਲਓ ਜੀ, ਤੇ ਦਸੰਬਰ ਤੱਕ ਚੋਣਾਂ ਹੋਣੀਆਂ ਹੋਣੀਆਂ ਅਕਾਲੀ ਦਲ ਦੇ ਪ੍ਰਧਾਨ ਦੀ, ਜਦੋਂ ਚੋਣ ਹੋਊਗੀ ਫਿਰ ਸੁਖਬੀਰ ਸਿੰਘ ਬਾਦਲ ਜੇ ਜਿੱਤ ਕੇ ਆਉਂਦੇ ਤਾਂ ਸਾਨੂੰ ਕੋਈ ਇਤਰਾਜ਼ ਥੋੜ੍ਹੀ ਹੈਗਾ ਕੋਈ, ਲੇਕਿਨ ਤੁਹਾਨੂੰ ਪਹਿਲਾਂ ਉਹ ਪ੍ਰਕਿਰਿਆ ਪੂਰੀ ਕਰਨੀ ਪਊਗੀ। ਡੈਲੀਗੇਟ ਸਾਡੇ 500 ਦੇ ਕਰੀਬ ਹੈਗੇ ਨੇ ਜੀ, ਉਹਨਾਂ ਨੂੰ ਰਿਨਿਊ ਕਰਨਾ ਪਊਗਾ, ਫਿਰ ਜ਼ਿਲ੍ਹਾ ਜਥੇਦਾਰ ਬਣਾਉਣੇ ਪੈਣਗੇ, ਸਰਕਲ ਜਥੇਦਾਰ ਬਣਾਉਣਗੇ, ਉਹਨਾਂ ਦੇ ਵਿੱਚੋਂ ਫਿਰ ਥੱਲੇ ਜੋ ਉੱਤੋਂ ਕਹੂ ਜਿਹੜਾ ਬਣਜੂ ਪ੍ਰਧਾਨ ਬਣਦੇ, ਹੁੰਦਾ ਤਾਂ ਇਹੀ ਆ ਜੀ ਪ੍ਰਕਿਰਿਆ ਸਾਡੀ ਇਹੀ ਆ। ਲੇਕਿਨ ਇਹ ਪ੍ਰਕਿਰਿਆ ਪਿਛਲੇ 30-32 ਸਾਲ ਤੋਂ ਟੋਟਲੀ ਖਤਮ ਕਰ ਦਿੱਤੀ ਗਈ, ਬਿਲਕੁਲ। ਤੇ ਮੈਂ ਇਹ ਵੀ ਦੱਸ ਦਿਆਂ
15 ਸਾਲ ਜਿਹੜੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਰਹੀ ਅਕਾਲੀ ਭਾਜਪਾ, ਮੈਨੂੰ ਇਹ ਦੱਸ ਦੇਣ ਕਿ ਸੁਖਬੀਰ ਸਿੰਘ ਬਾਦਲ ਵੀ ਦੱਸ ਰਹੇ ਨੇ ਪੰਜਾਬ ਵਾਸਤੇ ਕਿਹੜਾ ਪੈਕੇਜ ਮੰਗਿਆ ਨਾ ਜੀ, ਕਿਹਦੇ ਅਭਿਆਪ ਤੇ ਇਹ ਦਾਵਾ ਕਰ ਰਹੇ ਤੇ ਮੈਨੂੰ ਪ੍ਰਧਾਨਗੀ ਤੇ ਤੁਸੀਂ ਨਾ ਲਾਓ ਤੁਸੀਂ। ਲੇਕਿਨ ਇਹ ਵੀ ਗੱਲ ਕਹਿੰਦੇ ਹਾਂ ਵੀ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਕੋਈ ਬੰਦਾ ਤੇ ਖੜਾ ਕਰੋ, ਬਿਲਕੁਲ ਬੰਦਾ ਤੁਸੀਂ ਖੜਾ ਕਰਦੇ ਕੋਈ ਨੀ। ਅਗਲੀ ਗੱਲ ਮੈਂ ਕਹਿ ਦਿਆਂ ਜੀ, ਭੁੱਗਲ ਸਾਹਿਬ ਜੀ ਜੀ, ਇਹਨਾਂ ਨੇ ਜਲੰਧਰ ਦੀ ਚੋਣ ਲੜੀ ਹੈ, ਬੀਬੀ ਸੁਰਜੀਤ ਕੌਰ ਨੂੰ ਖੜਾ ਕੀਤਾ ਵਾ ਜੀ ਜੀ, ਬੀਬੀ ਸੁਰਜੀਤ ਕੌਰ ਨੂੰ ਖੜਾ ਕਰਨ ਦੇ ਉੱਤੇ ਇਹਨਾਂ ਨੇ ਕਹਿਤਾ ਵੀ ਉਹ ਇੱਕ ਪੰਥਕ ਪਛੋਕੜ ਵਾਲੀ ਹੈ, 5 ਵਾਰੀ ਦੀ ਕੌਂਸਲਰ ਮੈਂ ਕਿਹਾ ਸ਼ਾਇਦ ਉਹ ਜੀ ਪ੍ਰੀਤਮ ਸਿੰਘ ਜਹਿਦਰ ਦੀ ਪਤਨੀ ਉਹ, ਬਿਲਕੁਲ। ਹੁਣ ਇਹਦੇ ਵਿੱਚ ਜਦੋਂ ਬੀਬੀ ਇਹ ਖੜੀ ਕਰ ਦਿੱਤੀ ਗਈ ਤੇ ਹੁਣ ਕਹਿੰਦੇ ਜੀ ਬੀਬੀ ਤੇ ਖੜੀ ਕਰਤੀ ਤੇ ਪੈਸੇ ਕਿੱਥੋਂ ਆਉਣੇ। ਫਿਰ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਉਹਨੇ 10 ਲੱਖ ਰੁਪਇਆ ਭੇਜਿਆ ਇਲੈਕਸ਼ਨ ਲੜਨ ਵਾਸਤੇ, ਭਾਈ ਤੁਹਾਨੂੰ ਕੱਕੀ ਕਿਹੜੀ ਪਈ ਹੈ, ਤੁਸੀਂ ਪਾ ਲਓ 10 ਲੱਖ ਹੀ ਫਿਰ ਲੱਖ ਹੀ ਪਾ ਲਓ ਤੁਸੀਂ, ਕੋਈ ਗੱਲ ਨੀ ਜੀ। ਤੇ ਅੱਜ ਕੱਲ੍ਹ ਜਿਹੜੀ ਪਾਰਟੀ ਹੈ ਨਾ, ਉਹ ਅੱਗੇ ਵਾਲੀ ਗੱਲ ਨੀ ਵੀ ਜਿਹੇ ਦਾ ਜਿਹੜੇ 10-10 ਕਿਲੋਮੀਟਰ ਤੁਰੇ ਜਾਂਦੇ ਹੁੰਦੇ ਸੀ ਲੋਕਾਂ ਦੇ ਕੰਮ ਕਰਦੇ ਹੁੰਦੇ, ਹੁਣ ਤੇ ਭਾਈ ਗੱਡੀਆਂ ਨੇ ਫਾਸਟ ਟੂ ਫਾਸਟ ਗੱਡੀਆਂ ਨੀ ਚੱਲਣੀਆਂ ਨੇ, ਉਹਨਾਂ ਨੇ ਤੇਲ ਨਾਲ ਚੱਲਣਾ ਪੈਟਰੋਲ ਨਾਲ ਚੱਲਣਾ ਜੀ। ਬਿਲਕੁਲ, ਜਿਵੇਂ ਆਪਾਂ ਜ਼ਿਕਰ ਕਰ ਰਹੇ ਸੀਗੇ ਕਿਉਂਕਿ ਜਲੰਧਰ ਵਾਲੀ ਜਿਹੜੀ ਬੈਠਕ ਹੈ ਪੱਟੀ ਸਾਹਿਬ, ਇਹਨੂੰ ਥੋੜ੍ਹਾ ਜਿਹਾ ਵਿਸਥਾਰ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰੋ। ਇਹ ਜਿਸ ਤਰੀਕੇ ਨਾਲ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਪਿੱਛੇ ਸ਼ਾਇਦ ਭਾਜਪਾ ਦੀ ਸ਼ੈਅ ਹੋ ਸਕਦੀ ਹੈ, ਭਾਜਪਾ ਦਾ ਹੱਥ ਹੋ ਸਕਦਾ, ਕਿਉਂਕਿ ਅਕਾਲੀ ਦਲ ਦੇ ਜਿਹੜੇ ਇੱਧਰ ਚੰਡੀਗੜ੍ਹ ਬੈਠੇ ਬੰਦੇ ਸੀ ਉਹ ਤਾਂ ਸਾਫ਼ ਤੌਰ 'ਤੇ ਜ਼ਿਕਰ ਕਰ ਰਹੇ ਸੀ, ਕਹਿੰਦੇ ਕਿ ਜਿਹੜੇ ਬੰਦੇ ਦੂਜੇ ਦੀ ਕਹਾੜੀ ਦਾ ਦਸਤਾ ਬਣ ਰਹੇ ਉਹਨਾਂ ਦਾ ਸਾਫ਼ ਇਸ਼ਾਰਾ ਸੀਗਾ ਕਿ ਭਾਜਪਾ ਦੇ ਇਸ਼ਾਰੇ 'ਚ ਚੱਲਣ ਵਾਲੇ ਲੋਕ ਜਿਹੜੇ ਹੈਗੇ ਆ ਉਹ ਨੁਕਸਾਨ ਕਰਨਗੇ। ਕੀ ਮਨਸ਼ਾ ਕੀ ਲੱਗਦੀ ਹੈ? ਇੱਕ ਪਾਸੇ ਤਾਂ ਉਹ ਜ਼ਿਕਰ ਬੰਦੀ ਸਿੰਘਾਂ ਦਾ ਜ਼ਿਕਰ ਵੀ ਕਰ ਰਹੇ ਨੇ, ਉਹ ਮਸਲਿਆਂ ਦਾ ਜ਼ਿਕਰ ਵੀ ਕਰ ਰਹੇ ਨੇ, ਆ ਜਿਹੜੀ ਲਹਿਰ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਅਕਾਲੀ ਦਲ ਬਚਾਓ ਲਹਿਰ ਸ਼ੁਰੂ ਕਰਨੀ ਹੈ, ਅਤੇ ਫਿਰ ਇਹ ਕਿਹੜੀ ਅਕਾਲੀ ਦਲ ਦੀ ਰਿਵਾਈਵਲ ਦੀ ਗੱਲ ਹੋ ਰਹੀ ਹੈ ਜਾਂ ਪਿੱਛੇ ਕਹਾਣੀ ਕੋਈ ਵੱਡੀ ਹੈਗੀ, ਗੇਮ ਵੱਡੀ ਹੈਗੀ? 2007 ਦੇ ਵਿੱਚ ਬਕਾਇਦਾ ਤੌਰ 'ਤੇ ਪੰਜਾਬ 'ਚ ਸਰਕਾਰ ਬਣਦੀ ਅਕਾਲੀ ਪਾਰਟੀ ਜੀ, 2008 ਦੇ ਵਿੱਚ ਜਲੰਧਰ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਦੇ ਘਰ ਇੱਕ ਮੀਟਿੰਗ ਹੁੰਦੀ ਆ, ਸਰਦਾਰ ਪ੍ਰਕਾਸ਼ ਸਿੰਥ ਬਾਦਲ ਮੁੱਖ ਮੰਤਰੀ ਦੇ ਜਥੇਦਾਰ ਅਕਾਲ ਤਖ਼ਤ ਗਿਆਨੀ ਜੋਗਿੰਦਰ ਸਿੰਘ ਮਦਾਨਤੀ ਦੀ ਜੀ, ਬਾਕੀ ਗੱਲਾਂ ਤਾਂ ਮੁੱਕ ਗਈਆਂ। ਇੱਕ ਗੱਲ ਉੱਥੇ ਮਦਾਨਤੀ ਸਾਹਿਬ ਕਹਿੰਦੇ ਵੀ ਜਥੇਦਾਰ ਜੀ ਇੱਕ ਕੰਮ ਕਰੋ ਹੁਣ ਵੀ ਸਰਕਾਰ ਆਪਣੀ ਬਣ ਗਈ, ਜਿਹੜੇ ਬੰਦੀ ਸਿੰਘ ਉਰਿਆ ਕਰ। ਜਵਾਬ ਕੀ ਮਿਲਦਾ ਅੱਗੋਂ ਜੀ? ਜਥੇਦਾਰ ਜੀ ਇਹ ਦੁਬਾਰਾ ਗੱਲ ਨਹੀਂ ਕਰ ਸਕਦਾ, ਇਹ ਲੋਕ ਛੱਡ ਦਿੱਤੇ ਤੇ ਬਾਹਰ ਆ ਕੇ ਸਾਡੇ ਲਈ ਪ੍ਰੋਬਲਮ ਕ੍ਰੀਏਟ ਕਰਨਗੇ। ਬਿਲਕੁਲ। ਤੇ ਜਦੋਂ ਦਵਿੰਦਰਪਾਲ ਸਿੰਘ ਭੁੱਲਰ ਦੀ ਬਕਾਇਦਾ ਤੌਰ 'ਤੇ ਪਤਨੀ ਨੇ ਤੇ ਉਹਨਾਂ ਦੀ ਮਾਤਾ ਨੇ ਜਾ ਕੇ ਰਿਕੁਐਸਟ ਕੀਤੀ ਸੀ ਪਰਮਜੀਤ ਸਿੰਘ ਸਰਨੇ ਨੂੰ ਵੀ ਤੁਹਾਡੀ ਦਿੱਲੀ ਸਰਕਾਰ ਨਾਲ ਦੋਸਤੀ ਬਹੁਤ ਆ, ਤੇ ਬੀਬੀ ਸ਼ੀਲਾ ਦੀਕਸ਼ਿਤ ਨੂੰ ਕਹੋ ਵੀ ਭੁੱਲਰ ਸਾਹਿਬ ਨੂੰ ਤਿਹਾੜ ਜੇਲ੍ਹ ਤੋਂ ਕਿਸੇ ਪੰਜਾਬ ਦੀ ਜੇਲ੍ਹ ਸ਼ਿਫਟ ਕਰ ਦਿਓ, ਸਾਨੂੰ ਮਿਲਣਾ ਸੌਖਾ ਹੋ ਜਾਵੇ। ਬਿਲਕੁਲ। ਤੇ ਸਰਨਾ ਸਾਹਿਬ ਕਹਿੰਦੇ ਬੀਬੀ ਜੀ ਬੈਠੋ ਗੱਡੀ 'ਚ, ਸ਼ੀਲਾ ਦੀਕਸ਼ਿਤ ਕੋਲ ਆ ਜਾਂਦੇ, ਸ਼ੀਲਾ ਦੀਕਸ਼ਿਤ ਇੱਕੋ ਗੱਲ ਕਹਿੰਦੀ ਆ ਵੀ ਸਰਨਾ ਸਾਹਿਬ ਮੈਨੂੰ ਤੇ ਕੁਤਰਾਜ ਨਹੀਂ ਗਾ, ਮੈਂ ਭੇਜਣ ਲਈ ਤਿਆਰ ਹਾਂ, ਪੁੱਛ ਲਓ ਆਪਣੀ ਪੰਥਕ ਸਰਕਾਰ ਨੂੰ ਉਹ ਲੈ ਲੈਣਗੇ ਇਹਨਾਂ ਨੂੰ। ਬਿਲਕੁਲ। ਉਹ ਕਹਿੰਦੇ ਤੁਸੀਂ ਪੱਤਰ ਲਿਖੋ, ਪੱਤਰ ਲਿਖਿਆ ਜਾਂਦਾ ਤੇ ਜਵਾਬ ਇਹ ਹੋਣਾ ਵੀ ਇਹ ਖੂਨਖਾਰ ਅੱਤਵਾਦੀ ਆ, ਇਹਨੂੰ ਪੰਜਾਬ ਦੀ ਕਿਸੇ ਜੇਲ੍ਹ 'ਚ ਨਹੀਂ ਰੱਖਿਆ ਜਾਂਦਾ, ਇਹ ਹੁਣ ਰਿਕਾਰਡ ਆ। ਅੱਜ ਤੁਸੀਂ ਕਿਹੜੇ ਮੂੰਹ ਨਾਲ ਬੰਦੀ ਸਿੰਘਾਂ ਦੀ ਰਾਏ ਦੀ ਗੱਲ ਕਰਦੇ? ਇਹ ਉਦੋਂ ਬੰਦੀ ਸਿੰਘ ਵੀ ਹੈਗੇ ਸੀ ਜੀ,
ਜਿਹੜੀ ਗੱਲ ਤੁਹਾਨੂੰ ਮੈਂ ਕਹੀ ਆ ਵੀ ਸੰਦੀਪ ਸਿੰਘ ਰੱਖੜਾ ਨੂੰ ਪ੍ਰਧਾਨ ਬਣਨ ਦੀ ਗੱਲ ਚੱਲਦੀ, ਹੁਣ ਉਹਦੀ ਮਜਬੂਰੀ ਹੈ ਇਹ ਗੱਲ ਕਰਨ ਦੀ ਵੀ ਪੰਥਕ ਰਾਜਨੀਤੀ ਜੇ ਉਹਨੇ ਖਤਮ ਕਰਤੀ ਤੇ ਫਿਰ ਇਹ ਆਪਣੇ ਆਪ ਖਤਮ ਹੋ ਜਾਣਗੇ ਵਿਰੋਧੀ ਧਿਰ ਵਾਲੇ, ਇਹਨਾਂ ਨੂੰ ਪੰਥਕ ਰਾਜਨੀਤੀ ਕਰਨੀ ਪਊਗੀ ਇਹ ਜੋ ਮਰਜ਼ੀ ਕਰਨ ਜੀ। ਇਹਨਾਂ ਨੂੰ ਇਹ ਪੁੱਛਿਆ ਜਾਵੇ ਵੀ ਤੁਹਾਡੇ ਚੋਂ ਕਿਹੜਾ ਲੀਡਰ ਜਿਹੜਾ ਪਿਛਲੇ ਹਫ਼ਤੇ ਮਿਲ ਕੇ ਰਾਜਨਾਥ ਸਿੰਘ ਨੂੰ ਦੱਸ ਦੇਣ, ਦੇਣੇ ਤੇ ਫਿਰ ਅਗਲੇ ਪ੍ਰਮੁੱਖ ਅਸੀਂ ਦੱਸਾਂਗੇ ਕਿਹੜਾ ਮਿਲ ਕੇ ਉਹਨੂੰ, ਉਹਦੇ ਨਾਲ ਕੀ ਗੱਲ ਮਤਲਬ ਵੀ ਦੱਸ ਦੇਣਗੇ ਕੀ ਗੱਲ ਬੰਦੇ ਨੂੰ ਹੋਈ ਉਹਦੀ। ਇਸ ਕਰਕੇ ਸਾਰੇ ਇਸ ਹਮਾਮ ਚ ਨੰਗੇ ਨੇ ਪੰਜਾਬੀ ਚ ਮੈਂ ਕਹਿ ਦਿਆਂ। ਜੇ ਬਾਦਲਾਂ ਨੇ ਆਪਣੀਆਂ ਕੁਰਸੀਆਂ ਕਾਇਮ ਰੱਖੀਆਂ ਬੀਜੇਪੀ ਨਾਲ ਰਲ ਕੇ ਤੇ ਘੱਟ ਇਹ ਵੀ ਕਿਸੇ ਗੱਲ ਤੋਂ ਨਹੀਂ ਹੈਗੇ। ਬਿਲਕੁਲ, ਇਹ ਹਮੇਸ਼ਾ ਚਰਚਾ ਰਹੀ ਹੈ, ਕਹਿੰਦੇ ਕਿ ਸਾਰੇ ਜਿਹੜੇ ਸੀਨੀਅਰ ਆਗੂ ਨੇ ਥੋੜ੍ਹੇ ਥੋੜ੍ਹੇ ਕਾਣੇ ਕਰਕੇ ਰੱਖੇ ਨੇ, ਕਿਸੇ ਨੂੰ ਕੁਛ ਦਿੱਤਾ ਕਿਸੇ ਨੂੰ ਕੁਛ ਦਿੱਤਾ, ਇਸੇ ਕਰਕੇ ਇੰਨਾ ਸਮਾਂ ਬੋਲੇ ਨਹੀਂ ਪ੍ਰਕਾਸ਼ ਸਿੰਘ ਬਾਦਲ ਦੇ ਸਾਹਮਣੇ, ਕਿਉਂਕਿ ਸਾਰਿਆਂ ਦੇ ਵਿੱਚ ਕਿ ਜਿਵੇਂ ਤੁਸੀਂ ਜ਼ਿਕਰ ਕਰਕੇ ਹਟੇ ਹੋ ਇਸ ਹਮਾਮੇ ਹਮ ਸਭ ਨੰਗੇ ਹੈ, ਉਹ ਵਾਲੀ ਗੱਲ ਸੀ ਕਿ ਸਾਰਿਆਂ ਦੇ ਦਾਗ ਦੇ ਛਿੱਟੇ। ਸਾਡੀ ਬਦਕਿਸੀ ਵੇਖੋ ਕੀ ਹੈ ਜੀ, ਅਸੀਂ ਕਹਿੰਦੇ ਸੀ ਵੀ ਜਿੰਨਾ ਚਿਰ ਅਕਾਲੀ ਦਲ ਜੋੜ ਹੈਗਾ ਬੀਜੇਪੀ ਦਾ, ਉਹ ਸਰਵਾਈਵ ਕਰਕੇ ਮੁੜ ਕੇ ਸਰਵਾਈਵ ਨਹੀਂ ਕਰ ਸਕਦੀ। ਬੀਜੇਪੀ ਦਾ ਲੋਕ ਸਭਾ ਚੋਣਾਂ ਚ ਡਟ ਕੇ ਵਿਰੋਧ ਕਿਸਾਨੀ ਨਹੀਂ ਕੀਤਾ, ਡਟ ਕੇ ਵਿਰੋਧ ਕੀਤਾ ਜੀ, ਅਕਾਲੀ ਦਲ ਵਿਰੋਧ ਨਹੀਂ ਹੋਇਆ ਕਿਤੇ। ਅਕਾਲੀ ਦਲ ਵੋਟ ਬੈਂਕ ਕੌਣ? ਕਿਸਾਨੀ ਜੀ। ਤੇ ਵੱਧ ਵੋਟਾਂ ਕਿਹਨੇ ਲਈਆਂ? ਬੀਜੇਪੀ ਨੇ। ਕਿੱਥੇ ਗਿਆ ਵੋਟ ਬੈਂਕ ਕਨਵੇ ਦਾ? ਮਤਲਬ ਡਾਈਵਰਟ ਤਾਂ ਹੋ ਗਿਆ ਪਾਸੇ, ਉਸ ਪਾਸੇ ਜੀ ਜੀ ਜੀ, ਜਿਹਨੂੰ ਅਸੀਂ ਕਹਿੰਦੇ ਵੀ ਬੀਜੇਪੀ ਦੀ ਫੋਂਦ ਕੋਈ ਨੀ ਪੰਜਾਬ ਚ ਹੈਗੀ, ਉਹ 18-19% ਵੋਟ ਲੈਂਦੀ ਹੈ ਤੇ 13-14% ਵੋਟ ਲੈਂਦੇ ਨੇ। ਵੀ ਜਿਹੜੇ ਕਿਸਾਨ ਇੰਨੀ ਵਿਰੋਧਤਾ ਕਰਨ ਦੇ ਬਾਵਜੂਦ ਕਿਸਾਨਾਂ ਨੇ ਵੋਟਾਂ ਪਾਈਆਂ ਤੇ ਬੀਜੇਪੀ ਦੇ ਵੋਟ ਵਧੀ ਨਾ। ਇਸ ਕਰਕੇ ਪੰਥਕ ਰਾਜਨੀਤੀ ਤੋਂ ਉਹ ਕਹਿੰਦੇ ਭਾਈ ਛੱਡ ਦੇ, ਉਹਨਾਂ ਪੰਥਕ ਰਾਜਨੀਤੀ ਤੇ ਨਹੀਂ ਕਰਨ ਦੇਣੀ। ਜਿਹੜੀਆਂ ਉਹਨਾਂ 3 ਮੰਗਾਂ ਰੱਖੀਆਂ ਸੀ ਬਕਾਇਦ ਤੌਰ ਤੇ ਮੈਂ ਦੱਸ ਹੀ ਦਿੰਦਾ ਵਾ ਜੀ। ਕੱਲ ਬਕਾਇਦਾ ਇੱਕ ਮੇਰਾ ਆਰਟੀਕਲ ਛਪਿਆ ਸੀਗਾ, ਸੁਖਬੀਰ ਸਿੰਘ ਬਾਦਲ ਦੀਆਂ ਸ਼ਤਰੰਜੀ ਚਾਲਾਂ, ਉਹਦੇ ਤੇ ਮੈਨੂੰ ਮਹੇਸ਼ਿੰਦਰ ਸਿੰਘ ਗਰੇਵਾਲ ਦਾ ਫੋਨ ਆਉਂਦਾ, ਉਹ ਕਹਿੰਦੇ ਸਾਨੂੰ ਗਾਈਡ ਕਰੋ, ਕਰੀਏ ਕੀ ਅਸੀਂ ਉਹ। ਅੱਛਾ, ਮੈਂ ਕਿਹਾ ਜਿਹਦਾ ਵੀ ਮੈਂ ਜੋ ਕਹਿਣਾ ਸੀ ਕਹਿਤਾ ਆਪਣੇ ਆਰਟੀਕਲ, ਜਿੱਦ ਵੱਧ ਮੈਂ ਕੀ ਕਮਾਵਾਂ? ਤੁਸੀਂ ਮੰਨ ਲਓ ਜਿਹੜੀਆਂ ਚੀਜ਼ਾਂ ਲਿਖੀਆਂ, ਬਿਲਕੁਲ। ਲੇਕਿਨ ਮੈਂ 2-3 ਸੁਝਾਅ ਦਿੱਤੇ ਸੀ ਉਹਨਾਂ ਨੂੰ ਕਿ ਇਹ ਸੁਝਾਅ ਹੈਗੇ ਆ, ਉਹਨਾਂ ਤੇ ਉਹਨਾਂ ਸਪਸ਼ਟੀਕਰਨ ਦਿੱਤਾ ਤੇ ਵਿਚਾਰ ਕਰਨ ਵਾਸਤੇ ਵੀ ਕਿਹਾ ਸੀ। ਪੱਟੀ ਸਾਹਿਬ, ਮੈਂ ਸਵਾਲ ਵੀ ਉਹੀ ਕਰਨ ਲੱਗਾ ਸੀਗਾ, ਮੈਂ ਕਿਹਾ ਵੀ ਸੁਖਬੀਰ ਸਿੰਘ ਬਾਦਲ ਨੂੰ ਫਿਰ ਕਰ ਕੀ ਲੈਣਾ ਚਾਹੀਦਾ, ਮੈਂ ਉਹੀ ਸਵਾਲ ਕਰਨ ਲੱਗਾ ਸੀ, ਤੁਸੀਂ ਉਧਰਲੇ ਪਾਸੇ ਚੱਲ ਰਹੇ। ਹਾਂ ਵਧੀਆ, ਵੈਰੀ ਗੁੱਡ। ਜਿਹੜੀ ਇਹਨਾਂ ਦੀ ਮੀਟਿੰਗ ਕੱਲ ਬਕਾਇਦਾ ਤੌਰ ਤੇ ਚੰਡੀਗੜ੍ਹ ਦੇ ਵਿੱਚ ਹੋਈ ਆ, ਵਿਰਸਾ ਸਿੰਘ ਬਲਟੋਆ ਵੀ ਬੈਠਾ ਉੱਥੇ, ਝੂੰਦਾ ਵੀ ਬੈਠਾ ਉੱਥੇ, ਸਰਨਾ ਵੀ ਬੈਠਾ ਉੱਥੇ, ਬਕਾਇਦਾ ਚੀਮਾ ਵੀ ਬੈਠਾ ਉੱਥੇ, ਭੁੰਦੜ ਸਾਹਿਬ ਬੈਠੇ ਨੇ। ਬਹੁਤਿਆਂ ਜਿਹੜੇ ਬੁਲਾਰਿਆਂ ਦੇ ਵਿਚਾਰ ਇਹ ਸੀ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਤੁਸੀਂ ਮਾਫ਼ੀ ਤੇ ਮੰਗ ਲਈ ਆ, ਮਾਫ਼ੀ ਮੰਗੀ ਆ, ਜਾਣੇ ਅਣਜਾਣੇ ਸਾਡੇ ਕੋਲ ਗਲਤੀ ਹੋਈ ਹੈ ਤੇ ਕੋਈ ਨਾ। ਪੰਥ ਦੇ ਵਿੱਚ ਜਾਣੇ ਅਣਜਾਣੇ ਕੋਈ ਚੀਜ਼ ਨਹੀਂ ਹੈਗੀ ਜੀ, ਪੰਥ 'ਚ ਕਨਫਰਮ ਆ ਸਾਡੇ ਕੋਲ ਫਲਾਣੀ ਗਲਤੀ ਹੋਈ ਆ। ਜੇ ਸਰਦਾਰ ਬੂਟਾ ਸਿੰਘ ਪੇਸ਼ ਹੋਏ ਸੀ, ਉਹਨਾਂ ਕਿਹਾ ਸੀ ਵੀ ਅਕਾਲ ਤਖ਼ਤ ਨੂੰ ਢਾਹੁਣ 'ਚ ਮੇਰਾ ਰੋਲ ਆ ਤੇ ਮੈਂ ਮਾਫ਼ੀ ਮੰਗਣਾ ਚਾਹੁੰਦਾ। ਜੇ ਬਕਾਇਦਾ ਤੌਰ ਤੇ ਬਰਨਾਲਾ ਸਾਹਿਬ ਪੇਸ਼ ਸੀ, ਉਹਨਾਂ ਨੇ ਕਿਹਾ ਸੀ ਵੀ ਮੈਂ ਆਰਮੀ ਪੁਲਿਸ ਭੇਜੀ ਹੈ ਦਰਬਾਰ ਸਾਹਿਬ 'ਚ, ਮੈਂ ਮਾਫ਼ੀ ਮੰਗਣਾ ਚਾਹੁੰਦਾ, ਸਪਸ਼ਟ ਲਿਖਿਆ ਸੀਗਾ ਜੀ। ਕੱਲ ਦੀ ਗੱਲ ਜੇ ਹੈਗੀ ਆ, ਸੁੱਚਾ ਸਿੰਘ ਲੰਗਾਹ ਜਦੋਂ ਬਰੀ ਹੋ ਜਾਂਦੇ ਅਦਾਲਤ ਵੱਲੋਂ ਤੇ ਕੀ ਚਿੱਠੀ ਕੀ ਲਿਖਦੇ ਆ ਅਕਾਲ ਤਖ਼ਤ,
ਉਹ ਲਿਖਦੇ ਜੀ ਮੈਂ ਆਪਣੀ ਭੁੱਲ ਬਖਸ਼ਾਉਣੀ ਚਾਹੁੰਦਾ ਵਾਂ, ਮੈਂ ਗਲਤੀ ਨਹੀਂ ਕੀਤੀ, ਮੈਨੂੰ ਅਦਾਲਤ ਨੇ ਬਰੀ ਕੀਤਾ, ਤੁਸੀਂ ਵੀ ਕਰੋ। ਅੱਗੋਂ ਜਵਾਬ ਆਉਂਦਾ ਵੀ ਸੁੱਚਾ ਸਿੰਘ ਲਗਾ ਸਾਡਾ ਕਿਸੇ ਕੋਰਟ ਨਾਲ ਕੋਈ ਲੈਣਾ ਦੇਣਾ ਨਹੀਂ ਜੀ, ਇਹ ਅਕਾਲ ਦਾ ਤਖ਼ਤ ਆ, ਗੁਰੂ ਸਾਹਿਬ ਨੇ ਸਿਰਜਣਾ ਕੀਤੀ ਆ, ਇੱਥੇ ਮਰਿਆਦਾ ਸਿਧਾਂਤ ਤੇ ਪਰੰਪਰਾ ਅਨੁਸਾਰ ਫੈਸਲੇ ਹੁੰਦੇ ਆ। ਜੇ ਤੇ ਤੂੰ ਆਪਣੀ ਗਲਤੀ ਮੰਨਦਾ ਵੀ ਮੈਂ ਆਹ ਗਲਤੀ ਕੀਤੀ ਤੇ ਫਿਰ ਤੇ ਤੇਰੀ ਜਿਹੜੀ ਗਲਤੀ ਤੇ ਵਿਚਾਰ ਕੀਤੀ ਜਾ ਸੀ ਮਾਫ਼ੀ ਦੇ ਉੱਤੇ, ਜੇ ਨਹੀਂ ਤੇ ਫਿਰ ਤੂੰ ਆਪਣੇ ਘਰ ਆ ਜੀ, ਸੀ ਆਪਣੇ ਘਰ ਆ ਜੀ, ਤੇ ਉਹਨੂੰ ਲਿਖਣਾ ਪਿਆ ਸੀਗਾ ਜੀ ਕਿ ਮੇਰੇ ਕੋਲ ਆਹ ਗਲਤੀ ਹੋਈ ਤੇ ਫਿਰ ਉੱਤੇ ਵਿਚਾਰ ਹੋਇਆ ਸੀ ਜੀ। ਇਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਕੱਲ ਸਾਰਿਆਂ ਸੁਝਾਅ ਦਿੱਤਾ ਵੀ ਤੁਸੀਂ ਜਾਣੇ ਅਣਜਾਣੇ ਛੱਡ ਦਿਓ, ਜਿਹੜੀ ਵੀ ਗੱਲ ਤੁਹਾਡੇ ਕੋਲ ਗਲਤੀਆਂ ਹੋਈਆਂ ਉਹ ਬਕਾਇਦਾ ਤੌਰ ਤੇ ਮੰਨ ਕੇ ਉਹਨਾਂ ਨੂੰ ਵਿਸਤਾਰ ਸਿੱਧ ਅਕਾਲ ਤਖ਼ਤ ਤੇ ਆਪਣੀ ਖਿਮਾ ਜਾਚਨਾ ਦੀ ਇੱਕ ਐਪਲੀਕੇਸ਼ਨ ਦਿਓ ਵੀ ਸਾਡੇ ਕੋਲ ਇਹ ਗਲਤੀਆਂ ਸੀ, ਮਾਫ਼ੀ ਮੰਗਣਾ ਚਾਹੁੰਦੇ ਨੇ, ਤੇ ਫਿਰ ਆਪੋ ਪਰੰਪਰਾ ਅਨੁਸਾਰ ਕਾਰਵਾਈ ਹੋਊਗੀ ਤੇ ਲੋਕ ਤੁਹਾਡੇ ਉੱਤਰ ਪੈਣਗੇ ਜੀ। ਤੇ ਜੇ ਜਾਣੇ ਅਣਜਾਣੇ ਦੀ ਗੱਲ ਦੇ ਆ, ਉਹ ਜਾਣੇ ਅਣਜਾਣੇ ਦਾ ਲਫ਼ਜ਼ ਜਿਹੜਾ ਵਾ ਉਹ ਸਾਡੇ ਸਿੱਖ ਪੰਚ ਕਿਤੇ ਨਹੀਂ ਹੈ ਜੀ। ਉਹ ਜਾਣੇ ਅਣਜਾਣੇ 'ਚ ਤਾਂ ਪਹਿਲਾਂ ਵੀ ਬੂਟ ਝਾੜ ਆਏ ਸੀ, ਤਾਂ ਉਸ ਵੇਲੇ ਵੀ ਚਰਚਾਵਾਂ ਬੜੀਆਂ ਹੋਈਆਂ ਸੀ ਵੀ ਦੱਸਦਾ ਦੋ ਬੂਟ ਬੂਟ ਝਾੜਨ ਆਏ ਤਾਂ ਝਾੜੇ, ਸਪੋਰਟਸ ਨੂੰ ਪਲਚ ਕਰਿਆ ਸੀ ਨਾਲ ਹੀ ਨਾ ਕਿਸੇ ਗਰੀਬ ਦਾ ਵਿਚਾਰੇ ਹੁੰਦਾ। ਪੱਟੀ ਸਾਹਿਬ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ, ਮੈਨੂੰ ਲੱਗਦਾ ਕਿ ਜਿਹੜੀਆਂ ਤੁਸੀਂ ਸੁਝਾਅ ਦਿੱਤੇ ਨੇ, ਜੇ ਅਕਾਲੀ ਦਲ ਉੱਧਰਲੇ ਪਾਸੇ ਨੂੰ ਕੁਝ ਕਦਮ ਚੱਕ ਲੈਂਦਾ ਤਾਂ ਸ਼ਾਇਦ ਭਲਾ ਹੋ ਜਾਵੇ, ਨਹੀਂ ਤਾਂ ਇਸ ਵੇਲੇ ਭਵਿੱਖ ਤਾਂ ਉਹਨਾਂ ਦਾ ਹਨੇਰੇ ਦੇ ਵਿੱਚ ਹੀ ਨਜ਼ਰ ਆ ਰਿਹਾ। ਬਹੁਤ ਸ਼ੁਕਰੀਆ ਤੁਹਾਡਾ। ਵੇਖੋ ਭੁੱਗਲ ਸਾਹਿਬ, ਤੁਸੀਂ ਵੀ ਸਿੱਖ ਹੋ ਤੇ ਮੈਂ ਵੀ ਸਿੱਖ ਜੀ, ਮੈਂ ਵੀ ਪੰਜਾਬੀ ਹਾਂ, ਤੁਸੀਂ ਵੀ ਪੰਜਾਬੀ, ਅਸੀਂ ਪੰਜਾਬ ਦਾ ਭਲਾ ਲੋਚਦੇ ਹਾਂ ਤੇ ਭਲਾ ਇਸੇ ਚ ਵੀ ਅਕਾਲੀ ਦਲ ਨੂੰ ਸੁਰਜੀਤ ਕਰਨਾ ਬਹੁਤ ਜ਼ਰੂਰੀ ਹੈ। ਬਿਲਕੁਲ, ਅਤੇ ਉਹਦੇ ਵਿੱਚ ਪੰਥਕ ਜਿਹੜੀ ਧਿਰ ਹੈਗੀ ਹੈ ਉਹਦੇ ਪੰਥਕ ਏਜੰਡਿਆਂ 'ਤੇ ਅਸਲ ਮਾਇਨੇ ਦੇ ਵਿੱਚ ਚੱਲਣਾ ਉਹ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਉਹ ਜਿਹੜਾ ਤੁਸੀਂ ਜ਼ਿਕਰ ਕਰਕੇ ਹਟੇ ਨਾ ਕਿ ਅਰਿਸਟੋਕਰੇਟ ਬਣ ਗਏ ਨੇ, ਉਹ ਬਹੁਤ ਖਤਰਨਾਕ ਚੀਜ਼ ਹੈਗੀ। ਬਹੁਤ ਸ਼ੁਕਰੀਆ ਪੱਟੀ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ। ਤਾਂ ਇਹ ਸਨ ਜਸਵੀਰ ਸਿੰਘ ਪੱਟੀ, ਜਿਨ੍ਹਾਂ ਨਾਲ ਗੱਲਬਾਤ ਕਰਕੇ ਇਸ ਪੂਰੇ ਮਸਲੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਬੜੇ ਤਫਸੀਲ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿੱਥੇ ਕਿੱਥੇ ਕੌਣ ਕੌਣ ਕਿੱਧਰ ਕਿੱਧਰਲੇ ਪਾਸੇ ਨੂੰ ਚੱਲ ਰਿਹਾ ਹੈਗਾ, ਤਾਰਾਂ ਕਿਹਦੀਆਂ ਕਿੱਥੇ ਜੁੜੀਆਂ ਹੈਗੀਆਂ, ਕੌਣ ਰਾਜਨਾਥ ਸਿੰਘ ਨਾਲ ਮੁਲਾਕਾਤਾਂ ਕਰਦਾ ਰਿਹਾ ਹੈਗਾ, ਅਤੇ ਕੌਣ ਕਿਸ ਤਰੀਕੇ ਨਾਲ ਆਪਣੇ ਸਮੇਂ 'ਤੇ ਲਾਹੇ ਵੱਡੇ ਪੱਧਰ 'ਤੇ ਲੈਂਦਾ ਰਿਹਾ ਹੈਗਾ ਪੰਜਾਬ ਦੇ ਹਿੱਤਾਂ ਨੂੰ ਪਰੇ ਰੱਖ ਕੇ। ਤੁਸੀਂ ਇਸ ਬਾਰੇ ਕੀ ਸੋਚਦੇ ਹੋ, ਆਪਣੇ ਕਮੈਂਟ ਆਪਣੀਆਂ ਟਿੱਪਣੀਆਂ ਜ਼ਰੂਰ ਸਾਂਝੇ ਕਰੋ। ਫਿਲਹਾਲ ਇੱਥੇ ਤੁਹਾਡੇ ਤੋਂ ਅੱਗੇ ਲੈਣੀ ਹੈ, ਬਹੁਤ ਬਹੁਤ ਧੰਨਵਾਦ।